سے آپ چھڑا لو، تیتر سے ان کو ڈالو، اپنا نکٹ بلاو، اپنی بد آپ جناب، ہر جن منگل گار رہا، بسر نام کروں گی ایسے یہ بد من میں پاؤ، گر پورا پیتو بد بھاگی، جن نانک کتہ نہ جاو، سو کہو تل گر سیوی ہے، تہش سہج سو پائے، درشن پشیں گرو کہ جنم مرن دکھ جا، سپنا تن واگے گرو صاحب جیو، جیسے جلتے بدھ بدا اپجے دل سیت، جب رچنا تیسے رچی کو نانک سن گیت، جیسے جلتے بدھ بدا اپجے برسے گیت، جب رچنا تیسے رچی کو نانک سن میت، پرانی کچھو نا چیتہی مد مایا کے اندر، کو نانک بن ہر بھجن پرت تانی جم اندر، پرانی کچھو نا چیتہی مد مایا کے اندر، کو نانک بن ہر بھجن پرت تاہے جم اندر، واہگرو جی کا خلصہ، واہگرو جی کی فتح، پرم سنمان یوگ چور شطر دے مالک، جگہ جگ اٹل ستگرو صاحب شری گرو گرنتھ صاحب مہاراج جی دی پاک پوتر حضوری اندر سوبائی مان کوئی بیٹھے، گرمکھ پیارے ست سنگی جنوں، آپ جی نے حضور دی پاون پوتر الہی گربانی دا کیرتن سرون کیتا ہے، کیرتن ایک ایسی پرمیشور دی نرمولک دات ہے جس نو میرے اکال پرخ واحگرو نے کیرتن دی دات دے دیتی، سنسار اس قیمتی ہیرے دی کوئی بھی قیمت جڑا ہے وہ ادا نہیں کر سکتا، بے قیمت کہہ سکنے ہاں کہ جس دی قیمت کوئی نہ پا سکے، بڑے پیارے بچن آئے نے گردیو دے اتہاس اندر، کتھا تے کیرتن دا آپسی بڑا سمیل،
ਇਕਾਗਰਤਾ ਬਖਸ਼ਣੀ ਥੋੜੀ ਜਿਹੀ। ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਸੀ ਮਹਾਰਾਜ ਕੀਰਤਨ ਕਥਾ ਇਹਨਾਂ ਦਾ ਦੋਨਾਂ ਦਾ ਆਪਸੀ ਕਿਹੋ ਜਿਹਾ ਸੰਬੰਧ ਹੈ, ਤੇ ਹਜ਼ੂਰ ਨੇ ਬਚਨ ਕੀਤਾ, ਉਦਾਹਰਣ ਦਿੱਤੀ, ਕਹਿਣ ਲੱਗੇ ਪਿਆਰਿਆ ਜਿਵੇਂ ਮਾਂ ਤੇ ਪੁੱਤਰ ਦਾ ਰਿਸ਼ਤਾ ਹੈ ਇਸੇ ਤਰ੍ਹਾਂ ਕੀਰਤਨ ਤੇ ਕਥਾ ਦਾ ਆਪਸੀ ਰਿਸ਼ਤਾ ਹੈ। ਸਹਿਜ ਸਮਝਾਉਂਦਿਆਂ ਕਹਿਣ ਲੱਗੇ ਕੀਰਤਨ ਪੁੱਤਰ ਏ ਕਥਾ ਮਾਂ ਏ, ਤੇ ਸਹਿਜ ਇਸ ਕਥਾ ਦਾ ਭਰਤਾ ਕੌਣ ਹੈ? ਪਰ ਕਥਾ ਹੋਵੇ ਗੁਰੂ ਦੀ, ਕਥਾ ਹੋਵੇ ਪਰਮੇਸ਼ਵਰ ਦੀ, ਤੇ ਮੈਂ ਅਰਜ਼ ਕਈ ਵਾਰੀ ਕਰ ਚੁੱਕਾ ਹਾਂ ਕਥਾ ਅਸਲ ਵਿੱਚ ਹੈ ਹੀ ਉਹ ਜਿਹੜੀ ਕਥਾ ਸਿਮਰਨ ਬਣ ਜਾਏ, ਜਿਹੜੀ ਕਥਾ ਗੁਰੂ ਦੇ ਚਰਨਾਂ ਵਿੱਚ ਧੂ ਕੇ ਖਿੱਚ ਕੇ ਲੈ ਜਾਏ। ਸਹਿਜ ਨੇ ਕਿਹਾ, ਕਹਿਣ ਲੱਗੇ ਕਥਾ ਮਾਂ ਏ ਕੀਰਤਨ ਪੁੱਤਰ ਏ, ਤੇ ਅਗਲਾ ਸਵਾਲ ਸੀ ਫਿਰ ਕੀਰਤਨ ਦਾ ਬਾਪੂ ਕੌਣ ਏ, ਇਹਦਾ ਪਿਤਾ ਕੌਣ ਏ, ਤੇ ਕਥਾ ਦਾ ਭਰਤਾ ਕੌਣ ਏ? ਕਿਉਂਕਿ ਇਸਤਰੀ ਪਤਨਾ ਸੁਭਾਤਮਾਨ ਏ, ਪੁੱਤਰ ਜਿਹੜਾ ਉਹ ਅਨੂ ਪਤਾ ਹੋਵੇ ਮੇਰਾ ਬਾਪ ਕੌਣ ਏ। ਜੇ ਕਥਾ ਮਾਂ ਏ ਕੀਰਤਨ ਪੁੱਤਰ ਏ, ਤੇ ਹਜ਼ੂਰ ਨੇ ਬੜੇ ਸੋਹਣੇ ਬਚਨ ਕਹਿ ਕਹਿਣ ਲੱਗੇ ਪਿਆਰਿਆ ਜਿਵੇਂ ਇਸਤਰੀ ਦਾ ਭਰਤਾ ਏ ਉਹ ਸੁਭ ਦੀ ਏ, ਜਿਵੇਂ ਬੱਚੇ ਦਾ ਬਾਪ ਏ ਉਹ ਖੁਸ਼ ਹੁੰਦਾ ਹੈ, ਇਸੇ ਤਰ੍ਹਾਂ ਯਾਦ ਰੱਖੀ ਕਥਾ ਦਾ ਭਰਤਾ ਪਤੀ ਆ ਪ੍ਰੇਮ, ਕੀਰਤਨ ਦਾ ਪਿਤਾ ਹੀ ਪ੍ਰੇਮ। ਜੇ ਪ੍ਰੇਮ ਹੈ ਤੇ ਕਥਾ ਕੀਰਤਨ ਦੋਨੋਂ ਪ੍ਰਵਾਨ ਨੇ, ਜੇ ਪਿਆਰਿਆ ਪ੍ਰੇਮ ਨਹੀਂ ਤੇ ਫਿਰ ਕੇਵਲ ਫੋਕੀ ਦੀ ਗੱਲ ਏ, ਫਿਰ ਤਾਂ ਕੋਈ ਗਾਵੈ ਰਾਜੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ। ਹਰ ਹਰ ਧੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਪ੍ਰੇਮ ਦੇ ਨਾਲ ਦੋਨੋਂ ਪ੍ਰਵਾਨ ਆਪਣੇ ਕੀਰਤਨ ਸਰਵਨ ਕੀਤਾ। ਆਓ ਗੁਰੂ ਤੇਜ ਬਹਾਦਰ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਗੁਰੂ ਬਖਸ਼ਿਸ਼ ਨਾਲ ਆਪਾਂ ਨੇ ਕਰਨੀ। ਸਤਿਗੁਰੂ ਗੁਰੂ ਤੇਜ ਬਹਾਦਰ ਜੀ ਕਿਰਪਾ ਕਰੋ, ਅੰਦਰ ਨੂੰ ਇਕਾਗਰਤਾ ਟਿਕਾਓ ਬਖਸ਼ੋ, ਤਾਂ ਜੋ ਹਜ਼ੂਰ ਆਪ ਦੇ ਪਾਵਨ ਪਵਿੱਤਰ ਬਚਨ ਬੜੇ ਪਿਆਰ ਅਦਬ ਦੇ ਨਾਲ ਇਹਨਾਂ ਦੀ ਵਿਚਾਰ ਕਰ ਸਕੀਏ। ਕਿਰਪਾ ਕਰੋ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ, ਕਰੋ ਕਿਰਪਾਲਤਾ ਗੁਰੂ ਸਵਾਰਿਓ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਪਵਿੱਤਰ ਸ਼ਲੋਕ ਆਪਾਂ ਵਿਚਾਰਨੇ ਪਏ, ਉਸ ਤੋਂ ਪਹਿਲਾਂ ਸੰਖੇਪ ਜੀ ਅੱਜ ਦੇ ਦਿਨ ਸੰਬੰਧੀ ਅਰਜ਼ ਕਰਦੇ ਹਾਂ। ਮੰਦਰ ਦਾ ਮਹੀਨਾ ਬਤੀਤ ਹੋਇਆ ਤੇ ਸਮੇਂ ਦੀ ਵੰਡ ਮੁਤਾਬਕ ਅੱਜ ਪੋਹ ਦਾ ਮਹੀਨਾ ਆਰੰਭ ਪਿਆ ਹੁੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ 2 12 ਮਾਹ ਸਾਨੂੰ ਬਖਸ਼ਿਸ਼ ਕੀਤੇ। ਇੱਕ ਤਾਂ 12 ਮਾਹ ਗੁਰੂ ਗ੍ਰੰਥ ਸਾਹਿਬ ਦੇ ਤੁਖਾਰੀ ਰਾਗ ਵਿੱਚ ਜਿਸ ਨੂੰ ਉਚਾਰਨ ਕੀਤਾ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ, ਤੇ ਦੂਸਰਾ 12 ਮਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਝ ਰਾਗ ਦੇ ਅੰਦਰ ਜਿਸ ਨੂੰ ਉਚਾਰਨ ਕਰਨ ਵਾਲੇ ਨੇ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ। ਯਾਦ ਰੱਖਣਾ ਹਾਰ ਦੇ ਮਹੀਨੇ ਵਿੱਚ ਅੱਤ ਦੀ ਗਰਮੀ ਏ, ਪੋਹ ਦੇ ਮਹੀਨੇ ਵਿੱਚ ਅੱਤ ਦੀ ਸਰਦੀ ਏ। ਜਦੋਂ ਹਾਰ ਦੇ ਮਹੀਨੇ ਵਿੱਚ ਅੱਤ ਦੀ ਗਰਮੀ ਪੈਂਦੀ ਏ, ਹਜ਼ੂਰ ਕਹਿੰਦੇ ਉਦੋਂ ਵੀ ਬਨਸਪਤੀ ਕੁੰਬਲਾ ਜਾਂਦੀ ਏ, ਫਲਾਂ ਦਾ ਰਸ ਸੁੱਕਣਾ ਸ਼ੁਰੂ ਹੋ ਜਾਂਦਾ। ਉਸ ਗਰਮ ਲੂ ਦੇ ਨਾਲ ਚਾਰ ਚੁਫੇਰੇ ਕੇਵਲ ਮੁਰਝਾ ਕੇ ਨਜ਼ਰ ਆਉਂਦੀ ਏ, ਤੇ ਜੇ ਅੱਤ ਦੀ ਗਰਮੀ ਬਨਸਪਤੀ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ ਕੇਵਲ ਮੁਰਝਾ ਕੇ ਉਹਨਾਂ ਦੇ ਸਾਹਮਣੇ ਲਿਆਉਂਦੀ ਏ, ਉਹ ਅੱਤ ਦੀ ਗਰਮੀ ਵਿੱਚ ਸੁੱਕ ਜਾਂਦੇ ਨੇ, ਰੁੱਖੇ ਹੋ ਜਾਂਦੇ ਨੇ। ਤੇ ਯਾਦ ਰੱਖੀ ਪੋਹ ਦਾ ਮਹੀਨਾ ਵੀ ਇਹੀ ਕੰਮ ਕਰਦਾ ਹੀ, ਉਦੋਂ ਅੱਤ ਦੀ ਗਰਮੀ ਰਸ ਕਾ ਦਿੰਦੀ ਏ, ਤੇ ਹੁਣ ਜਦੋਂ ਕੱਕਰ ਪੈਂਦਾ ਸਾਗ ਇਹ ਵੀ ਸਭ ਕੁਝ ਦਿੰਦਾ, ਕਿਉਂਕਿ ਅੱਤ ਦੀ ਸਰਦੀ ਵੀ ਰਸ ਕਾ ਦਿੰਦੀ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਵੇਂ ਹਾੜ ਦਾ ਮਹੀਨਾ
ਅੱਗ ਦੀ ਲੂ ਚੱਲੇ ਉਹ ਬਨਸਪਤੀ ਦੇ ਰਸ ਨੂੰ ਸੁਖਾਉਂਦਾ ਹੈ, ਪੋਹ ਦਾ ਮਕੀਨਾ ਅੱਗ ਦਾ ਕੱਕਰ ਉਹ ਵੀ ਬਨਸਪਤੀ ਦੇ ਰਸ ਨੂੰ ਸੁਕਾ ਦਿੰਦਾ ਹੈ। ਪਰ ਯਾਦ ਰੱਖੀ, ਹਾਰ ਦੀ ਗਰਮੀ ਕੇਵਲ ਉਹਨਾਂ ਨੂੰ ਪਾਉਂਦੀ ਆ ਜਿਨ੍ਹਾਂ ਨੂੰ ਪਿਆਰੇ ਪਰਮੇਸ਼ਵਰ ਪਤੀ ਦਾ ਪਿਆਰ ਨਸੀਬ ਨਹੀਂ ਹੋਇਆ, ਤੇ ਪੋਹ ਦੇ ਵਿੱਚ ਕੱਕਰ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਜਿਹੜੇ ਪੋਹ ਦੇ ਮਹੀਨੇ ਵੀ ਆਪਣੇ ਸਤ ਨਾਮ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੇ ਹੋਏ। ਹਜ਼ੂਰ ਦਾ ਬਚਨ ਸੀ ਪੜ੍ਹਨੇ ਸਹਿਜ ਕਿੰਨੇ ਆਸਾਰ ਤਪੰਦਾ ਤਿਸ ਲੱਗਾ। ਮੈਂ ਇਸ ਕਰਕੇ ਅਰਜ਼ ਕੀਤੀ, ਅੱਜ ਦੀ ਸਰਦੀ ਦਾ ਮਹੀਨਾ, ਹਾੜ ਦਾ ਅੱਜ ਦੀ ਗਰਮੀ ਦਾ, ਹਜ਼ੂਰ ਕਹਿੰਦੇ ਆਸਾਰ ਤਪੰਦਾ ਤਿਸ ਲੱਗਾ ਹਰ ਨਵਾਂ ਨਾਂ ਜਿਨ੍ਹਾਂ ਪਾਸ, ਜਿਨ੍ਹਾਂ ਕੋਲ ਪਤੀ ਪਰਮੇਸ਼ਵਰ ਦਾ ਨਾਮ ਨਹੀਂ ਉਹਨਾਂ ਨੂੰ ਹਾੜ ਦਾ ਮਹੀਨਾ ਦੁਖਦਾਈਏ। ਤੇ ਸਤਿਗੁਰੂ ਫਿਰ ਪੋਹ ਵਿੱਚ ਤਾਂ ਸਰਦੀ ਬੜੀ ਹੈ, ਤੇ ਹਜ਼ੂਰ ਅੱਜ ਕਹਿਣ ਲੱਗੇ ਸੱਜਣੋ ਭਾਵੇਂ ਅੱਗ ਦਾ ਕੋਰਾ ਪੈਣਾ ਇਸ ਮਹੀਨੇ ਵਿੱਚ, ਪਰ ਭੋਖ ਤੁਖਾਰ ਨਾ ਵਿਆਪਈ। ਤੁਖਾਰ ਦਾ ਅਰਥ ਇੱਥੇ ਕੱਕਰ ਹੈ। ਸਾਹਿਬ ਕਹਿ ਰਹੇ ਨੇ ਭੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ, ਕਿ ਜਿਨ੍ਹਾਂ ਦੇ ਗਲੇ ਪਰਮੇਸ਼ਵਰ ਦੇ ਚਰਨਾਂ ਨਾਲ ਜਾਂ ਜਿਨ੍ਹਾਂ ਨੂੰ ਮਾਲਕ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ ਉਹਨਾਂ ਨੂੰ ਕਦੀ ਭੋਲ ਦਾ ਕੱਕਰ ਵੀ ਕੁਝ ਨਹੀਂ ਕਹਿੰਦਾ, ਕਿਉਂਕਿ ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲੱਗਣਾ ਸਾਹ। ਕਹਿੰਦੇ ਉਹਨਾਂ ਦਾ ਮਨ ਮੇਰੇ ਵਾਹਿਗੁਰੂ ਦੇ ਚਰਨ ਕਮਲਾਂ ਵਿੱਚ ਗਿੰਨਿਆ ਗਿਆ, ਤੇ ਉਹਨਾਂ ਅੰਦਰ ਇੱਕੋ ਤੜਫ ਹੈ ਕਿ ਹੇ ਮੇਰੇ ਮਾਲਕ ਤੂੰ ਕਿਰਪਾ ਕਰਕੇ ਆਪਣੀ ਚਰਨ ਸ਼ਰਨ ਦੀ ਸਾਨੂੰ ਪ੍ਰੀਤ ਬਖਸ਼। ਇੱਥੇ ਕੱਕਰ ਦਾ ਮਤਲਬ ਹੈ ਮਾਇਆ ਦੀ, ਮਾਇਆ ਦਾ ਝੱਖੜ। ਤੇ ਕਦੀ ਤੱਕੋ ਜਦੋਂ ਅੱਜ ਦੀ ਗਰਮੀ ਪੈਂਦੀ ਹੈ ਜੇਠ ਹਾੜ ਵਿੱਚ, ਉਦੋਂ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸੀਤ ਵਿੱਚ ਰੇਤਾ ਪੈਂਦਾ ਹੈ, ਸੂਰਜ ਵੀ ਅੱਗ ਬਖੇਰਦਾ ਪਿਆ, ਪਰ ਤੱਤੀ ਤਵੀ ਤੇ ਬੈਠੇ ਵੀ ਉਹ ਠੰਡੇ ਤੇ ਵਿੱਚੇ ਰੱਬ ਤੇ ਬਾਣੀ ਦੇ ਗੀਤ ਅਲਾਪਦੇ ਨੇ। ਤੇ ਉਸੇ ਗੁਰੂ ਅਰਜਨ ਸਾਹਿਬ ਦੀ ਸੰਤਾਨ ਹੈ। ਪੋਹ ਦਾ ਮਹੀਨਾ ਹੈ, ਕੋਰਾ ਪੈਂਦਾ ਪਿਆ ਤੇ ਉਦੋਂ ਠੰਡਾ ਬੁਰਜੇ, ਤੇ ਇਸੇ ਮਹੀਨੇ ਵਿੱਚ ਠੰਡੜੇ ਬੁਰਜ ਤੇ ਦਾਦੀ ਮਾਂ ਆਪਣੇ ਮਸੂਮ ਬੱਚਿਆਂ ਨੂੰ, ਪੋਤਿਆਂ ਨੂੰ ਲੈ ਕੇ ਬੈਠੀਏ। ਉਧਰ ਗੁਰੂ ਅਰਜਨ ਸਾਹਿਬ ਨੂੰ ਗਰਮੀ ਕੁਝ ਨਹੀਂ ਬੁਲਾ ਸਕਦੀ, ਤੇ ਇਧਰ ਅੱਗ ਦਾ ਕੋਰਾ, ਪੋਹ ਦੇ ਮਹੀਨੇ ਦੀ ਠੰਡ ਗੁਰੂ ਅਰਜਨ ਸਾਹਿਬ ਦੀ ਸੰਤਾਨ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਕਦੀ ਨਹੀਂ ਬੁਲਾ ਸਕਦੀ, ਜਿਨ੍ਹਾਂ ਦਾ ਕਿਰਦਾਰ ਮਾਲਕ ਦੇ ਚਰਨਾਂ ਵਿੱਚ ਜੁੜ ਗਏ। ਗੁਰੂ ਬਖਸ਼ਿਸ਼ ਕਰੇ ਸਾਨੂੰ ਇੰਨੀ ਕੁ ਸਮਝ ਪੈ ਜਾਏ। ਮੈਂ ਇਸ ਕਰਕੇ ਸੰਗਰਾਂਦ ਦੇ ਸੰਬੰਧ ਵਿੱਚ ਅਰਜ਼ ਕਰਨੀ ਚਾਹੁੰਦਾ ਹਾਂ, ਸਿੱਖ ਸੰਗਰਾਂਦ ਦਾ ਪੁਜਾਰੀ ਨਹੀਂ, ਭਾਵਾਂ ਕਿ ਅੱਜ ਲੋਕ ਪੁਜਾਰੀ ਬਣ ਚੁੱਕੇ ਨੇ। ਉਹ ਕਿਵੇਂ ਆਪਾਂ ਦੇਖਦੇ ਹਾਂ, ਗੁਰੂ ਘਰ ਆਉਂਦੇ ਹਾਂ ਸੰਕ੍ਰਾਂਤ ਵਾਲੇ ਦਿਨ, ਕੇਵਲ ਅਸੀਂ ਮਹੀਨਾ ਸੁਣਾਂਗੇ ਕਿ ਭਾਈ ਸਾਹਿਬ ਤੋਂ ਮਹੀਨਾ ਸੁਣ ਲਈਏ, ਕਿਸੇ ਸੇਵਾਦਾਰ ਤੋਂ ਮਹੀਨਾ ਸੁਣੀਏ, ਬਸ ਨਮਸਕਾਰ ਕੀਤੀ ਤੇ ਵਾਪਸ ਚਲੇ ਗਏ। ਗੁਰੂ ਗ੍ਰੰਥ ਸਾਹਿਬ ਇਹੋ ਜਿਹਾ ਕਰਮਕਾਂਡ ਨਹੀਂ ਸਿਖਾਉਂਦੇ। ਸੰਕ੍ਰਾਂਤ ਅਸਲੀ ਸ਼ਬਦ ਇਹਦੇ ਸੰਕ੍ਰਾਂਤ, ਬਾਰਾਂ ਰਾਸ਼ੀਆਂ ਨੇ, ਬਾਰਾਂ ਮਹੀਨੇ ਨੇ। ਸੂਰਜ ਇੱਕ ਰਾਸ਼ੀ ਵਿੱਚੋਂ ਨਿਕਲ ਕੇ ਜਦੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਉਸ ਦਿਨ ਸੰਕ੍ਰਾਂਤ ਹੁੰਦੀ। ਸਤਿਗੁਰੂ ਨੇ ਬਾਰਾਂ ਮਹੀਨੇ ਵਿੱਚ ਦਿੱਤੇ ਤੇ ਬਾਰਾਂ ਮਹੀਨਿਆਂ ਦੇ ਅੰਦਰ ਹਜ਼ੂਰ ਨੇ, ਮੈਂ ਇੱਥੇ ਪਹਿਲਾਂ ਵੀ ਅਰਜ਼ ਕਰ ਚੁੱਕਾ ਕਿ ਹਰ ਮਹੀਨੇ ਵੀ ਦੱਸਿਆ, ਸਿੱਖਾ ਤੂੰ ਕਮਾਈ ਕੀ ਕਰਨੀ, ਤੂੰ ਚੇਤ ਵਿੱਚ ਕੀ ਕਰਨਾ, ਵੈਸਾਖ ਵਿੱਚ ਕੀ ਕਰਨਾ, ਜੇਠ ਵਿੱਚ ਕੀ ਕਰਨਾ। ਜੇ ਤੂੰ ਇੱਕ ਇੱਕ ਮਹੀਨੇ ਵਿੱਚ ਗੁਰੂ ਦਾ ਇੱਕ ਇੱਕ ਬਚਨ ਵੀ ਕਮਾ ਲੈ ਨਾ, ਤੇ ਪਿਆਰਿਆ ਫੱਗਣ ਦਾ ਮਹੀਨਾ ਆਉਂਦਿਆਂ ਤੱਕ ਤੇਰਾ ਮਨ ਜਿਹੜਾ ਆਨੰਦ ਨਾਲ ਭਰਪੂਰ ਹੋ ਜਾਏ। ਸਤਿਗੁਰੂ ਕਿਰਪਾ ਕਰੇ ਸਾਨੂੰ ਇੰਨੀ ਕੁ ਸਮਝ ਪੈ ਜਾਏ, ਮੈਨੂੰ ਵੀ ਨਾਲ, ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਨੂੰ ਸਮਝ ਸਕੀਏ। ਕੇਵਲ ਸੂਰਜ ਦੀ ਪੂਜਾ ਵੱਲ ਨਾ ਪਈਏ, ਉਹਦੀ ਪੂਜਾ ਕਰੀਏ ਜਿਹੜਾ ਸੂਰਜ ਨੂੰ ਵੀ ਰੋਸ਼ਨੀ ਦੇਣ ਵਾਲਾ, ਉਹਦੇ ਚਰਨਾਂ ਨਾਲ ਜੁੜੀਏ ਜਿਹਨੇ ਸਾਨੂੰ ਇਹ ਸਮਾਂ ਦਿੱਤਾ ਹੈ। ਸਾਧ ਸੰਗਤ, ਗੁਰੂ ਤੇਗ ਬਹਾਦਰ ਜੀ ਦੇ ਦੋ ਸਲੋਕ ਆਪ ਜੀ ਨੇ ਸਰਵਣ ਕੀਤੇ। ਪਹਿਲਾ ਬਚਨ ਸਾਹਿਬ ਨੇ ਕੀਤਾ, ਜੈਸੇ ਜਲ ਤੇ ਬੁੱਧਬੁਦਾ, ਬੁੱਧਬੁਦਾ ਦਾ ਅਰਥ ਪਾਣੀ ਦਾ ਬੁਲਬੁਲਾ, ਜਲ ਦਾ ਅਰਥ ਪਾਣੀ। ਜੈਸੇ ਜਲ ਤੇ ਬੁੱਧਬੁਦਾ, ਜਿਵੇਂ ਪਾਣੀ ਦੇ ਵਿੱਚ ਛੋਟੇ ਛੋਟੇ ਬੁਲਬਲੇ ਪੈਦਾ ਹੁੰਦੇ ਨੇ। ਸਾਹਿਬ ਕਹਿੰਦੇ ਨੇ ਉਪਜੈ, ਪਾਣੀ ਵਿੱਚੋਂ ਬੁਲਬੁਲਾ ਉਪਜੈ ਦਾ ਅਰਥ ਪੈਦਾ ਹੁੰਦਾ ਹੈ, ਬਿਣਸ ਹੈ, ਤੇ ਉਸੇ ਪਾਣੀ ਦੇ ਵਿੱਚ ਪਲਟ ਕੇ ਉਹ ਖਤਮ ਹੋ ਜਾਂਦਾ, ਉਹ ਬਿਣਸ ਜਾਂਦਾ,
ਤੇ ਸਾਹਿਬ ਕਹਿੰਦੇ ਨੀਤ ਨੀਤ ਦਰ ਤੇ ਰੋਜ਼ ਤੂੰ ਅੱਖਾਂ ਨਾਲ ਤੱਕਣਾ ਪਏ ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਰਸੈ ਨੀਤ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਕਹਿੰਦੇ ਹੋ ਮੇਰੇ ਮਿੱਤਰ ਇੱਕ ਗੱਲ ਇਹ ਧਿਆਨ ਨਾਲ ਆਪਣੇ ਪੱਲੇ ਬੰਨ ਲੈ, ਜਿਵੇਂ ਪਾਣੀ ਵਿਚ ਬੁਲਬਲੇ ਪੈਦਾ ਹੁੰਦੇ ਨੇ ਤੇ ਵੇਖਦਿਆਂ ਵੇਖਦਿਆਂ ਉਹ ਬਿਰਸ ਜਾਂਦੇ ਨੇ, ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੀ ਰਚਨਾ ਵੀ ਇੱਕ ਪਾਣੀ ਦੇ ਬੁਲਬਲੇ ਵਿਚਰਾ ਕੀਤੀ, ਇਸ ਤੋਂ ਜ਼ਿਆਦਾ ਇਹਦੀ ਹਸਤੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਚ ਜ਼ਿਆਦਾਤਰ ਗੁਰੂ ਤੇਗ ਬਹਾਦਰ ਜੀ ਨੇ ਇਹ ਪ੍ਰਮਾਣ ਦਿੱਤੇ। ਪਾਣੀ ਆਪਾਂ ਤੱਕਣੇ, ਸਤਿਗੁਰੂ ਨੇ ਬੜੀ ਰਮਜ ਭਰਪੂਰ ਬਚਨ ਕਹੇ, ਜਦੋਂ ਬੁਲਬਲੇ ਦਾ ਜਨਮ ਨਹੀਂ ਨਾ ਹੋਇਆ, ਦਰਿਆ ਨੂੰ ਟੱਕੋ ਜਾਂ ਪਾਣੀ ਦੀ ਆੜ ਭਰ ਕੇ ਜਾਂਦੀ ਹੋਵੇ ਜਾਂ ਬਰਸਾਤ ਪੈਂਦੀ ਹੋਵੇ, ਜਦੋਂ ਬੁਲਬਲੇ ਦਾ ਜਨਮ ਨਹੀਂ ਹੋਇਆ ਉਦੋਂ ਵੀ ਪਾਣੀ ਸੀ, ਤੇ ਜਦੋਂ ਇਹ ਬੁਲਬਲਾ ਬਣ ਕੇ ਕੁਝ ਸਮੇਂ ਦੇ ਲਈ ਸਾਡੀਆਂ ਅੱਖਾਂ ਨੂੰ ਨਜ਼ਰ ਆਇਆ ਤੇ ਬੁਲਬਲਾ ਬਣ ਕੇ ਵੀ ਪਾਣੀ ਏ, ਤੇ ਧਿਆਨ ਰੱਖਣਾ ਜਦੋਂ ਬੁਲਬਲੇ ਨੇ ਬਿਰਸ ਜਾਣਾ ਪਰਤ ਕੇ ਫਿਰ ਵੀ ਪਾਣੀ ਦਾ ਪਾਣੀ ਰਹਿ। ਇਹ ਪਹਿਲਾਂ ਵੀ ਪਾਣੀ ਸੀ, ਬੁਲਬਲਾ ਬਣੇਗਾ ਤਾਂ ਵੀ ਪਾਣੀ ਏ, ਤੇ ਜੇ ਉਸ ਬੁਲਬਲੇ ਨੇ ਬਿਰਸ ਜਾਣਾ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਤਾਂ ਵੀ ਪਾਣੀ ਏ। ਤੇ ਹੇ ਪਿਆਰੇ ਤੂੰ ਇੱਕ ਗੱਲ ਧਿਆਨ ਨਾਲ ਸਮਝ ਕਿ ਬੁਲਬਲਾ ਬਣਿਆ ਕਿਉਂ ਏ। ਸਾਹਿਬ ਕਹਿੰਦੇ ਨੇ ਹਵਾ ਦਾ ਦੋਸ਼, ਹਵਾ ਦੇ ਭਰਮ ਕਰਕੇ ਪਾਣੀ ਵਿਚ ਬੁਲਬੁਲਾ ਪੈਦਾ ਹੋ ਗਿਆ। ਜਿੰਨੀ ਦੇਰ ਤੱਕ ਉਸ ਪਾਣੀ ਦੇ ਵਿਚ ਹਵਾ ਟਿਕੀ ਏ ਉਨੀ ਦੇਰ ਤੱਕ ਉਹ ਬੁਲਬੁਲਾ ਵੱਖ ਪ੍ਰਤੀਤ ਹੁੰਦਾ, ਪਰ ਜਦੋਂ ਉਸ ਬੁਲਬੁਲੇ ਦੇ ਵਿਚੋਂ ਹਵਾ ਨਿਕਲ ਜਾਏ ਪਰਤ ਕੇ ਉਹ ਪਾਣੀ ਵਿਚ ਲੀਨ ਹੋ ਜਾਂਦਾ, ਸਮਝ ਹੀ ਨਹੀਂ ਪੈਂਦੀ ਕਿ ਕਿਹੜੀ ਥਾਂ ਤੇ ਬੁਲਬੁਲਾ ਬਣਿਆ ਸੀ ਤੇ ਕਿਹੜੇ ਪਾਣੀ ਵਿਚੋਂ ਬਣਿਆ ਸੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਤੂੰ ਆਪਣੀ ਵੱਖਰੀ ਹਸਤੀ ਮਤ ਕਾਇਮ ਕਰ, ਤੂੰ ਤਾਂ ਇੱਕ ਪਾਣੀ ਦੇ ਬੁਲਬਲੇ ਦੀ ਤਰ੍ਹਾਂ, ਜਿਵੇਂ ਪਾਣੀ ਵਿਚ ਹਵਾ ਭਰੀ ਜਾਏ ਤੇ ਬੁਲਬਲਾ ਬਣਦਾ, ਨਿਕਲ ਜਾਏ ਤਾਂ ਪਾਣੀ ਦਾ ਪਾਣੀ ਰਹਿ ਜਾਂਦਾ। ਐ ਮਨੁੱਖ ਤੂੰ ਇੱਕ ਬੁਲਬਲਾ, ਵਾਹਿਗੁਰੂ ਨੇ ਤੇਰੇ ਅੰਦਰ ਸਵਾਸਾਂ ਦੀ ਹਵਾ ਭਰ ਦਿੱਤੀ, ਮਤਾ ਤੂੰ ਮਾਨ ਕਰਕੇ ਆਪਣੀ ਵੱਖਰੀ ਹਸਤੀ ਕਾਇਮ ਕਰਨਾ ਹੈ। ਜਦੋਂ ਤੈਨੂੰ ਤਨ ਇਹ ਬੁਲਬਲਾ ਨਹੀਂ ਸੀ ਮਿਲਿਆ ਉਦੋਂ ਵੀ ਤੂੰ ਜੀਵ ਆਤਮਾ ਸੈਂ, ਪਰਮਾਤਮਾ ਦੀ ਅੰਸ਼ ਸੈਂ, ਤੇ ਕੱਲ ਨੂੰ ਜਦੋਂ ਆ ਹਵਾ ਨਿਕਲ ਗਈ ਨਾ ਅੰਦਰੋਂ ਸਵਾਸ ਖਤਮ ਹੋ ਗਏ ਪਿਆਰਿਆ ਤਰਕ ਕੇ, ਫਿਰ ਵੀ ਤੂੰ ਰੱਬ ਦੀ ਅੰਸ਼ ਏ। ਇਹਦਾ ਮਤਲਬ ਸਰੀਰ ਤੋਂ ਪਹਿਲਾਂ ਵੀ ਵਾਹਿਗੁਰੂ ਏ, ਹੁਣ ਵੀ ਤੇਰੇ ਅੰਦਰ ਉਹਦੀ ਜੋਤ ਏ, ਤੇ ਜਿੱਦਣ ਇਸ ਬੁਲਬਲੇ ਨੇ ਬਿਰਸ ਲੈ ਉਸ ਦਿਨ ਤੋਂ ਬਾਅਦ ਯਾਦ ਰੱਖੀ ਫਿਰ ਕੇਵਲ ਪਾਣੀ ਦਾ ਪਾਣੀ ਰਹਿ। ਗੁਰੂ ਗ੍ਰੰਥ ਸਾਹਿਬ ਨੇ ਐਸੇ ਬਚਨ ਕੀਤਾ, ਭਗਤ ਨਾਮਦੇਵ ਜੀ ਦਾ ਇੱਕ ਬਚਨ ਆਉਂਦਾ, ਉਹਨਾਂ ਨੇ ਚਾਰ ਦੀ ਗਿਣਤੀ ਕੀਤੀ, ਪਾਣੀ ਤੇ ਪਾਣੀ ਵਿਚੋਂ ਉੱਠੀਆਂ ਹੋਈਆਂ ਤਰੰਗਾਂ ਲਹਿਰਾਂ, ਤੇ ਤੀਸਰੀ ਗਿਣਤੀ ਕੀਤੀ ਉਹਨਾਂ ਨੇ ਬੁਲਬਲੇ ਦੀ ਆ ਝੱਗ ਦੀ, ਤੇ ਚੌਥੀ ਗਿਣਤੀ ਉਹਨਾਂ ਨੇ ਕੀਤੀ ਇਹ ਸਮੁੰਦਰ ਦੀ। ਕਹਿੰਦੇ ਨੇ ਯਾਦ ਰੱਖ ਸਮੁੰਦਰ ਇੱਕ ਏ, ਜਦੋਂ ਉਹਦੀਆਂ ਲਹਿਰਾਂ ਟਕਰਾਉਂਦੀਆਂ ਨੇ ਉਹਦੇ ਵਿਚੋਂ ਝੱਗ ਬਣ ਜਾਂਦੀ ਏ। ਉਹਦੇ ਲਈ ਸਾਹਿਬ ਨੇ ਸ਼ਬਦ ਫੇਨ ਵਰਤੇ ਗੁਰੂ ਗ੍ਰੰਥ ਸਾਹਿਬ ਨੇ, ਉਹੀ ਪਾਣੀ ਏ, ਤੇ ਜਦੋਂ ਉਹ ਕਿਤੇ ਜਵਾਰ ਭਾਟਾ ਹੁੰਦਾ ਤੇ ਲਹਿਰਾਂ ਉੱਪਰ ਨੂੰ ਉੱਠਦੀਆਂ ਨੇ ਉਹੀ ਪਾਣੀ ਲਹਿਰਾਂ ਦਾ ਰੂਪ ਏ, ਉਹੀ ਪਾਣੀ ਝੱਗ ਦਾ ਰੂਪ ਏ, ਉਹੀ ਪਾਣੀ ਬੁਲਬਲੇ ਦਾ ਰੂਪ ਏ। ਇਹ ਤਿੰਨ ਅਵਸਥਾਵਾਂ ਵਿੱਚ ਪਾਣੀ ਏ, ਤੇ ਜਦੋਂ ਸ਼ਾਂਤ ਹੋ ਜਾਂਦਾ ਪਰਤ ਕੇ ਫਿਰ ਵੀ ਪਾਣੀ ਦਾ ਪਾਣੀ ਰਹੀ। ਸਾਹਿਬ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਰਸੈ ਨੀਤ। ਭਗਤ ਨਾਮਦੇਵ ਜੀ ਕਹਿ ਰਹੇ ਨੇ ਜਲ ਤਰੰਗ ਅਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ, ਜਲ ਤਰੰਗ ਪਾਣੀ ਦੀਆਂ ਲਹਿਰਾਂ, ਅਰ ਫੇਨ ਫੇਨ ਦਰ ਤੇ ਝੱਗ, ਬੁਦਬੁਦਾ ਪਾਣੀ ਦੇ ਬੁਲਬਲੇ, ਜਲ ਤਰੰਗ ਅਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ, ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ, ਆਣ ਨਾ ਕੋਈ ਇਹਦੇ ਵਿੱਚ ਦੂਜਾ ਕੋਈ ਨਹੀਂ, ਇਹ ਮੇਰੇ ਕਰਤੇ ਪੁਰਖ ਵਾਹਿਗੁਰੂ ਦੀ ਆਪ ਲੀਲਾ ਬਣਾਈ ਹੋਈ। ਇਸ ਮਨੁੱਖ ਦੀ ਹਸਤੀ ਕੀ ਹੁਣ ਪਾਣੀ ਦਾ ਬੁਲਬਲ ਹੈ। ਕਈ ਵਾਰੀ ਮਨ ਸੋਚਦਾ ਕਿ ਐਵੇਂ ਆਪਾਂ ਆਪਣੀ ਵੱਖਰੀ ਖੋਂਦ ਕਾਇਮ ਕਰੀ ਬੈਠੇ ਹਾਂ, ਸਤਿਗੁਰੂ ਕਿਤੇ ਤੇ ਕਹਿਣਗੇ ਮਿੱਟੀ ਦਾ ਭਾਂਡਾ, ਤੇ ਸ਼ਾਇਦ ਕਹਿੰਦੇ ਮਿੱਟੀ ਦੇ ਭਾਂਡੇ ਨੂੰ ਬਸ ਥੋੜੀ ਜਿਹੀ ਠੋਕਰ ਲੱਗਣ ਦੀ ਦੇਰ, ਇੰਨੇ ਵਿੱਚ ਹੀ ਉਹਦਾ ਕੰਮ ਹੋ ਜਾਂਦਾ। ਸਾਹਿਬ ਕਹਿੰਦੇ ਪਾਣੀ ਦਾ ਬੁਲਬਲ ਹੈ, ਐਵੇਂ ਮਾਣ ਕਰੀ ਬੈਠਾ ਹੈ, ਵਿੱਚੋਂ ਹਵਾ ਨਿਕਲੀ ਫਿਰ ਪਾਣੀ ਦਾ ਰੂਪ ਬਣ ਜਾਣਾ, ਪਰ ਸਾਹਿਬ ਕਹਿੰਦੇ ਆਪਣੀ ਵੱਖਰੀ ਹੋਣ ਤਾਂ ਕਿਉਂਕਿ ਗੁਰੂ ਕੀ ਮਤ ਨਹੀਂ ਲਈ।
ਗੁਰੂ ਦੀ ਮੱਤ ਤੋਂ ਬਿਨਾਂ ਅੰਦਰ ਭਟਕਦਾ ਹੈ, ਸਤਿਗੁਰੂ ਦੀ ਮੱਤ ਤੋਂ ਬਿਨਾਂ ਅੰਦਰ ਦੀ ਸਮਝ ਨਹੀਂ ਪੈਂਦੀ। ਗੁਰਦੇਵ ਨੇ ਬੜੇ ਪਿਆਰੇ ਬਚਨ ਕੀਤੇ ਨੇ, ਭਾਈ ਗੁਰਦਾਸ ਨੇ, ਕਹਿੰਦੇ ਨੇ ਆਪਾਂ ਕਾਗਜ਼ ਦੀ ਪਤੰਗ ਬਣਾਉਂਦੇ, ਉਸ ਪਤੰਗ ਨੂੰ ਬੱਚੇ ਅਸਮਾਨ ਵਿੱਚ ਉਡਾਉਂਦੇ, ਦੋ ਬੱਚੇ ਦੇ ਹੱਥ ਵਿੱਚ, ਤੇ ਭਾਈ ਸਾਹਿਬ ਕਹਿੰਦੇ ਨੇ ਪਤੰਗ ਉੱਡਦੀ ਕਿਤੇ ਆਪਣੇ ਪਈਏ ਡੋਰ ਤੇ ਅੱਗੋਂ ਉੱਤਰ ਮਿਲਦਾ ਨਹੀਂ। ਇਸ ਪਤੰਗ ਦਾ ਅਸਮਾਨ ਵਿੱਚ ਉੱਡਣ ਦਾ ਇੱਕੋ ਕਾਰਨ ਹੈ, ਕਦੀ ਇਹ ਖੱਬੇ ਨੂੰ ਹੁੰਦੀ ਏ, ਕਦੀ ਸੱਜੇ ਨੂੰ ਹੁੰਦੀ ਏ। ਇਹ ਪਤੰਗ ਅਸਮਾਨ ਵਿੱਚ ਉੱਡ ਕੇ ਵੀ ਟਿਕਦੀ ਨਹੀਂ, ਤੇ ਪੁੱਛਿਆ ਇਹਨੂੰ ਉੱਡਣ ਦਾ ਜਾਂ ਉਡਾਣ ਦਾ ਕਾਰਨ ਕੀ ਏ, ਤੇ ਉਹਨਾਂ ਨੇ ਕਿਹਾ ਹਵਾ ਏ, ਹਵਾ ਕਰਕੇ ਕੇਵਲ ਪਤੰਗ ਉੱਡਦੀ ਏ, ਤੇ ਜਦ ਹਵਾ ਸ਼ਾਂਤ ਹੋ ਜਾਏ ਤੇ ਇਸ ਪਤੰਗ ਨੇ ਕਿੰਨਾ ਉੱਡ ਲੈ। ਭਾਈ ਸਾਹਿਬ ਨੇ ਦੂਸਰੀ ਉਦਾਹਰਣ ਦਿੱਤੀ, ਕਹਿੰਦੇ ਨੇ ਇੱਕ ਸੂਤਰ ਦਾ ਧਾਗਾ ਲੈ ਲਓ, ਉਹਦੇ ਥੱਲੇ ਇੱਕ ਲਾਟੂ ਬੰਨ ਲਓ, ਤੇ ਸੂਤਰ ਦੇ ਧਾਗੇ ਨੂੰ ਮਰੋੜੀ ਦੇ ਦਿਓ ਚੰਗੀ ਤਰ੍ਹਾਂ, ਤੇ ਭਾਈ ਸਾਹਿਬ ਕਹਿੰਦੇ ਨੇ ਪਰਤ ਕੇ ਉਸ ਧਾਗੇ ਦੇ ਇੱਕ ਸਿਰੇ ਨੂੰ ਪਕੜ ਲਓ, ਮਰੋੜੀ ਨੂੰ ਛੱਡੋ, ਤੇ ਉਹ ਜਿਹੜਾ ਲਾਟੂ ਥੱਲੇ ਬਣਿਆ ਹੈ ਨਾ, ਉਹ ਧਾਗੇ ਦੀ ਮਰੋੜੀ ਕਰਕੇ ਬੜੀ ਤੇਜ਼ ਰਫ਼ਤਾਰ ਨਾਲ ਘੁੰਮਦਾ ਹੈ, ਤੇ ਕਹਿੰਦੇ ਓਨੀ ਦੇਰ ਤੱਕ ਘੁੰਮੇਗਾ ਜਿੰਨੀ ਦੇਰ ਤੱਕ ਧਾਗੇ ਦੇ ਵੱਟ ਪੈ ਰਹਿੰਦੇ ਨੇ, ਤੇ ਜਦੋਂ ਧਾਗੇ ਦੇ ਵੱਟ ਮੁੱਕ ਜਾਣ ਉਹ ਲਾਟੂ ਘੁੰਮਣ ਵਾਲਾ ਵੀ ਟਿਕ ਜਾਂਦਾ। ਤੀਜਾ ਵਚਨ ਸ੍ਰੀ ਮਾਨ ਭਾਈ ਗੁਰਦਾਸ ਨੇ ਕੀਤਾ, ਕਹਿਣ ਲੱਗੇ ਸੋਨੇ ਵਿੱਚ ਹੋਵੇ ਮਹਿਲ, ਉਹਨੂੰ ਕੁਠਾਲੀ ਵਿੱਚ ਪਾ ਕੇ ਤਪਾਈ ਜਾਓ, ਤੇ ਉਸ ਸੋਨੇ ਨੇ ਤਪੀ ਜਾਣਾ। ਉਸ ਦਿਨ ਵੀ ਇੱਥੇ ਅਰਜ਼ ਕੀਤੀ ਸੀ, ਤੇ ਜਦੋਂ ਉਹਦੀ ਮਹਿਲ ਸੜ ਗਈ, ਉਹਦੇ ਅੰਦਰੋਂ ਮਹਿਲ ਖਤਮ ਹੋ ਗਈ, ਤੇ ਪਰਤ ਕੇ ਉਹੀ ਸੋਨਾ ਜਿਹੜਾ ਕੁਠਾਲੀ ਵਿੱਚ ਟਿਕ ਜਾਂਦਾ ਹੈ। ਕਹਿੰਦੇ ਨੇ ਜਿਵੇਂ ਹਵਾ ਹੋਵੇ ਤੇ ਪਤੰਗ ਭਟਕਦੀ ਏ, ਧਾਗੇ ਨੂੰ ਵੱਟ ਆਏ ਹੁਣ ਤਾਂ ਲਾਟੂ ਤੜਪਦਾ ਹੈ, ਜੇ ਕਿਤੇ ਸੋਨੇ ਵਿੱਚ ਮੈਲ ਹੋਵੇ ਤੇ ਸੋਨਾ ਤੜਪਦਾ ਹੈ। ਤੇ ਸਜਣਾ ਮਨ ਵੀ ਤਾਂ ਹੀ ਵੱਖਰੀ ਹੁਣ ਕਰੀ ਬੈਠਾ ਕਹਿਣ, ਕਿਉਂਕਿ ਇਹਦੇ ਅੰਦਰ ਭੈੜੀ ਮੱਤ ਤੇ ਦੁਬਧਾ ਪਈ ਹੋਈ। ਜੇ ਇਹਦੇ ਅੰਦਰ ਗੁਰੂ ਕੀ ਮੱਤ ਆ ਜਾਏ ਤੇ ਇੱਕ ਦੀ ਟੇਕ ਲੈ ਲੈ, ਤੇ ਇਹ ਹੀ ਮਨ ਇੰਨਾ ਕੁ ਟਿਕ ਜਾਏ ਜਿਹੜਾ ਹੁਣ ਝੱਕ ਮਾਰਦਾ ਹਰ ਵਕਤ, ਤੇ ਇਹ ਬੁਲਾਇਆ ਨੀ ਕਿਸੇ ਦਾ ਬੋਲੇਗਾ ਨੀ। ਭਾਈ ਸਾਹਿਬ ਦਾ ਇੱਕ ਬਿਰਤ ਆਉਂਦਾ, ਕਹਿਣ ਲੱਗੇ ਪਵਨ ਗਮਨ ਜੈਸੇ ਉਡਿਆ ਗੁਡਿਆ ਉੱਡਤ ਰਹੇ, ਜਿਵੇਂ ਹਵਾ ਦਾ ਝੌਂਕਾ ਆਵੇ ਤੇ ਪਤੰਗ ਉੱਡਦੀ। ਕਹਿਣ ਲੱਗੇ ਪਵਨ ਰਹਿਤ ਗੁੱਡੀ ਉੱਡ ਨਾ ਸਕਦਾ ਹੈ, ਕਦੀ ਹਵਾ ਤੋਂ ਬਿਨਾਂ ਗੁੱਡੀ ਉੱਡੇਗੀ ਨਹੀਂ। ਕਹਿਣ ਲੱਗੇ ਕਿ ਡੋਰੀ ਕੀ ਮਰੋੜ ਜੈਸੇ ਲਟਵਾ ਫਿਰਤ ਰਹੇ, ਜਿਵੇਂ ਧਾਗੇ ਦੀ ਮਰੋੜੀ ਨਾਲ ਲਾਟੂ ਘੁੰਮਦਾ। ਤੇ ਅੱਗੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਉਹ ਡੋਰ ਦਾ ਵੱਟ ਖਤਮ ਹੋ ਜਾਏ ਤੇ ਇਹ ਜਿਹੜਾ ਲਾਟੂ ਖਤਮ ਟਿਕ ਜਾਂਦਾ। ਇਸੇ ਤਰ੍ਹਾਂ ਮੇਰੇ ਕਹਿਣ ਤੋਂ ਮੁਰਾਦ, ਭਾਈ ਸਾਹਿਬ ਨੇ ਅਖੀਰ ਵਿੱਚ ਜਿਹੜੀ ਗੱਲ ਕਹੀ ਮੈਂ ਸੰਖੇਪ ਤਤਵਾ ਲਾਉਣਾ, ਕਹਿਣ ਲੱਗੇ ਦੁਰਮਤ ਦੁਬਤਾ ਭਟਕਤ ਚਤਰ ਕੁੰਟ, ਚਾਰ ਚਪੇਰੇ ਭਟਦਾ ਇਹ ਭੈੜਾ ਮਨ, ਤੇ ਜਦੋਂ ਗੁਰਮਤ ਏਕ ਟੇਕ ਮੋਨ ਨਾ ਬਖਤ ਹੈ, ਜਦੋਂ ਗੁਰੂ ਕੀ ਮੱਤ ਦੀ ਟੇਕ ਲੈ ਲੈਗਾ ਫਿਰ ਪਿਆਰਿਆ ਇਹ ਮਨ ਸ਼ੁੱਧ ਸੋਨੇ ਦੀ ਤਰ੍ਹਾਂ ਟਿਕ ਜਾਏ, ਇਹ ਪਤੰਗ ਦੀ ਤਰ੍ਹਾਂ ਉੱਡੇਗਾ ਨਹੀਂ, ਇਹ ਲਾਟੂ ਦੀ ਤਰ੍ਹਾਂ ਘੁੰਮੇਗਾ ਨਹੀਂ। ਵੱਖਰੀ ਹੋਣ ਇਸ ਕਰਕੇ ਕਿਉਂਕਿ ਅੰਦਰ ਭੈੜੀ ਮੱਤ ਟਿਕੀ ਹੋਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੈਸੀ ਖੇਡ, ਮਨ ਨੂੰ ਲੱਗਦੀ ਨਹੀਂ ਨਾ, ਆਪਾਂ ਆਪਣੇ ਘਰਾਂ ਵਿੱਚ ਤੱਕਣੇ ਆ, ਇੱਕ ਦੀ ਮੌਤ ਹੁੰਦੀ ਏ ਤੇ ਦੂਜੇ ਨੂੰ ਪਤਾ ਵੀ ਏ ਕਿ ਜਿਸ ਰਾਹ ਅੱਜ ਇਹ ਤੁਰਿਆ ਕੱਲ ਨੂੰ ਮੈਂ ਵੀ ਚਲੇ ਜਾਣਾ, ਪਰ ਦੇਖੋ ਮਨ ਕਿੰਨਾ ਕੁ ਨਿਡਰ ਤੇ ਵਿਵਾਹ ਕੇ ਆਪਣੇ ਘਰ ਵਿੱਚੋਂ ਅਰਥੀ ਪੁੱਛਣ ਦੇ ਬਾਵਜੂਦ ਵੀ ਇਹਨੂੰ ਪਤਾ ਨੀ ਲੱਗਦਾ ਕਿ ਜੇ ਇੱਕ ਪਾਣੀ ਦਾ ਬੁਲਬੁਲਾ ਅੱਜ ਵਿਰਸ ਗਿਆ ਕੱਲ ਨੂੰ ਮੈਂ ਹੀ ਵਿਰਸ ਜਾਣਾ, ਪਰ ਪਤਾ ਨੀ ਫਿਰ ਵੀ ਮਾਣ ਕਰਕੇ ਆਪਣੇ ਆਪ ਨੂੰ ਖੋਹ ਵਿੱਚ ਲਪੇਟੀ ਰੱਖਦਾ। ਇਹੀ ਕਾਰਨ ਬਾਬਾ ਫਰੀਦ ਸਾਹਿਬ ਨੇ ਇਸ ਬੁਲਬਲੇ ਦੀ ਗੱਲ ਕਰਦਿਆਂ ਬੜੇ ਪਿਆਰੇ ਬਚਨ ਕਹੇ। ਗੁਰੂ ਤੇਗ ਬਹਾਦਰ ਜੀ ਦਾ ਵੀ ਇੱਕ ਬਚਨ ਆਉਂਦਾ, ਕਹਿੰਦੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਰਸ ਹੈ ਇੱਕ ਅਸਰ ਮਨ ਹੈ, ਅਚਰਜ ਲਖਿਓ ਨਾ ਜਾਈ। ਦੇਖੋ ਮੇਰੇ ਵਾਹਿਗੁਰੂ ਨੇ ਕਿਹੋ ਜੀ ਰਚਨਾ ਬਣਾ ਦਿੱਤੀ, ਇੱਕ ਬਿਰਸ ਹੈ, ਉਸੇ ਘਰ ਵਿੱਚ ਇੱਕ ਦੀ ਮੌਤ ਵੀ ਹੁੰਦੀ ਏ, ਤੇ ਜਿਹੜਾ ਮਰੇ ਹੋਏ ਦੀ ਅਰਥੀ ਚੁੱਕ ਕੇ ਲਿਜਾਂਦਾ ਪਿਆ ਉਹ ਸਮਝਦਾ ਮੈਂ ਸਦਾ ਲਈ ਕਾਇਮ ਰਹਿ ਜਾਣਾ। ਇੱਕ ਬਿਰਸ ਹੈ ਇੱਕ ਅਸਰ ਮਨ ਹੈ, ਅਚਰਜ ਲਖਿਓ ਨਾ ਜਾਈ। ਪਰ ਗੁਰੂ ਤੇਗ ਬਹਾਦਰ ਜੀ ਤੁਸੀਂ ਕੀ ਦੁਨੀਆਂ ਨੂੰ ਤੱਕਦੇ ਹੋ, ਤੇ ਸਾਹਿਬ ਕਹਿੰਦੇ ਜੋ ਦਿਸ ਹੈ ਸੋ ਸਗਲ ਵਿਨਾਸ਼ ਹੈ, ਜੋ ਬਾਦਲ ਕੀ ਸ਼ਾਈ, ਜਿਵੇਂ ਬਦਲਾਂ ਦੀ ਸ਼ਾਨ ਹੈ ਸਦਾ ਲਈ ਟਿਕੇ ਨਹੀਂ ਰਹਿਣਾ। ਇਹ ਗੁਰੂ ਕੇ ਸਿੱਖਾਂ ਇਸ ਪਾਣੀ ਦੇ ਬੁਲਬਲੇ ਨੇ ਵੀ ਸਦਾ ਲਈ ਟਿਕੇ ਨਹੀਂ ਰਹਿਣਾ। ਜੋ ਦਿਸ ਹੈ ਸੋ ਸਗਲ ਵਿਨਾਸ਼ ਹੈ, ਜੋ ਬਾਦਲ ਕੀ ਸ਼ਾਈ,
जन नानक जग जानो मिथ्या रहो राम शरनाई कहने मैं दुनिया न झूठी समझ के ओदे चरणा में जुड़िया वा जिन्हें बुलबुले पहरा किया हो। मैं अर्ज कर रहा बाबा फरीद साहब ने वचन किया कह लगे देख मना असी लोग भी मनाने याद आम तौर से माता पिता की दादी दादे की बुजुर्गों की पर बाबा फरीद साहब किन्ने कभी मेरी तरह याद मनाई पुछा किवें ऐसे भी आप तकने कि कबर स्थान लोग अपने बुजुर्गों की कबर से फुल रख दे मतलब उन्होंने सत्कार अपने वालों अदर समर्पित कर दे। पर बाबा फरीद कहने जदों मैं अपने अम्मा ते अब्बा की कबर को निकलना वा मैं फुल नहीं रखता कहने मैं कबर को खलो इस गल पूछना वा कि कभी वह समा सी इस अम्मा ने जन्म दिता से अपनी गोद विच रख के मैनू लोरियां दित्तियां अखां तो दूर ना होण दित्ता ते इस अब्बा ने दिन रात मेरी संभाल की परवरिश की ते अपने सब कुछ खर्च कर दिता केवल इसे कि मेरा पुत्र सियाणा सूझवान होवे लायक होवे ते कहिंदे फिर मैं पुछना वा वो मना जन्म देने वाली मां परवरिश करन वाला अब्बा बापू दोनों कबर विच पए ने ते इन्हां दे वड्डे वडेरे भी इन्हां तो पहला चले गए वो पानी दे बुलबुलिया जे तेनू जन्म देने वाले नहीं रहे ते चेते रखी जिन्हां नूं तू जन्म देना पे एक दिन इन्हां ने तेनू अगे टोर दे तू एक पानी का बुलबुला इस तो ज्यादा नहीं ताहीं तो उन्होंने वचन किया कह लगे फरीदा किथे तेंदे मापिया किथे ने तेरे मां बाप जिन्नी तू जनियो ए जिन्ना ने तेनू जन्म दिता तैं पासों ओ लग गए तेरे कोलो धक्के ना चले गए तू अजे ना पतीने होए ओ कठोर मना घटो घट कबर स्थान अम्मा ते अब्बा दी कबर नू देख के पतीजदा कि एक दिन तू भी इसे रस्ते ते जाना। खैर मैं अर्ज कर रहा गुरु तेज बहादुर जी कह रहे ने जैसे जलते बुदबुदा उपजै बिरसा नीत के जिवें पानी विचो बुलबुले पैदा हुंदे ने देखने हैं उपजते ने परत के फिर बिरस जाते पैदा होंगे ने फिर आलोक हो जाते ने इन्हों की हस्ती किन्नी कोए साध संगत पर बुलबुले विचता एक अजे गुणे वह हसदा आंदा हसदा ही रहिंदा ते हसदा ही चला जाता है। एक मनुख ऐसा विरले ने जेड़े आंदियां हसदे ने जेड़े ध्यान रखिया संसार विच भी हसदे ने ते जान लग्या भी हसदे ने पर बंदा ऐसा जदो जन्म लिया उदों भी रोंदा है ते जदो जिंदगी बतीत करदा उदों भी रोंदा है ते जान लग्या चित नहीं करदा जान लग्या भी रोंदा ही जाना। सतगुरु ने बड़े प्यारे वचन कहे कुछ ऐसे ने जिहड़े हसदे हुंदे ने बुलबुले की तरह हसदे चले जाते ने कारण की है जदों तां बुलबुला अपनी वक्री हस्ती समझदा है उदों उहदे पल्ले रोना पैंदा है ते जदों बुलबुला समझदा कि मैं तां मरना ही नहीं क्योंकि जिस पानी विचों पैदा होया कल नूं इन्हें अपनी गोद विच लै लैना मैनू की रोण की लोड़ है जिन्हें पैदा किया इन्हें समेट लैना रोना उन्हां दे पल्ले ने जिहड़े समुंदर तों आपणे आप वख समझदे शायद कहिंदे उह कदी नहीं रोंदे जिन्हां ने अपने आप नूं निरंकार सागर दी अस समझिया रोना केवल उन्हां दे पल्ले जिहड़े निरंकार तों वख हो जांदे। शायद यही कारण दौलतां दाई जदों पहला दीदार करदी ना मेरे गुरु नानक दा ते जान लग्या इक गल कहिंदी सी बाबा कालू तुसी कभी भी किसे गरीब नूं मोड़िया नहीं जे रब ने तेनू पुत्तर दी दात दित्ती ते मैनू मोड़ी ना ते जदों मेरे बाबा जी दा आगमन होया ना ते साहब रोए नहीं मुस्कराए नहीं ते याद रखना सिख इतिहास विच गुरु नानक दे इस धर्म विच सब तो पहली जिहड़ी कृपा लई एक मुसलमान औरत जिहदा नाम दौलता दाई सब तो पहली बख्शिश नाल इह नवाजी गई आई बार ते बाबा जी नूं दित्ती वधाई वधाई बाबा कालू जी नूं कुछ देर लगे ते अगों कहिंदे हथ नाल कह दिता सी रहण दे मैं तां बहुत रज्जी बाबा जी ने समझिया शायद यह घट दौलत से तां गुस्सा कर दी कह लगे नहीं तू जो कहेगी मैं तेरी झोली भर देंगा तू मंग तां सही अज इन्हें ते सबर कर ओदियां अखां विच पाणी सी कहन लगी बाबा की तू मैनूं देंगा मेरी झोली भरी गई कहन लगे किन्ने तेरी झोली भरी
ਕਹਿਣ ਲੱਗੀ ਤੇਰੇ ਘਰ ਵਿੱਚ ਆਏ ਹੋਏ ਪੁੱਤਰ ਦੀ ਪਹਿਲੀ ਮੁਸਕਰਾਹਟ ਨੇ ਮੇਰੀ ਜਨਮਾਂ ਜਨਮਾਂ ਦੀ ਭੁੱਖ ਖਤਮ ਕਰ ਦਿੱਤੀ, ਮੇਰੇ ਅੰਦਰ ਨੂੰ ਤ੍ਰਿਪਤ ਕਰ ਦਿੱਤਾ ਹੈ। ਪੁੱਛਿਆ ਕਿਵੇਂ? ਕਹਿਣ ਲੱਗੀ ਅੱਜ ਤੱਕ ਰੋਂਦਿਆਂ ਨੇ ਤਾਂ ਬੜਿਆਂ ਨੇ ਜਨਮ ਲਿਆ ਹੈ, ਪਰ ਅੱਜ ਪਹਿਲਾ ਦਿਨ ਹੈ ਜਿਹੜਾ ਸੰਸਾਰ ਤੇ ਆਇਆ ਤੇ ਜਨਮ ਸਾਰ। ਉਹਦੀਆਂ ਅੱਖਾਂ ਵਿੱਚ ਪਾਣੀ ਸੀ। ਕਹਿਣ ਲੱਗੀ ਬਾਬਾ ਕੀ ਤੂੰ ਮੈਨੂੰ ਦਏਗਾ, ਮੇਰੀ ਝੋਲੀ ਭਰੀ ਗਈ। ਕਹਿਣ ਲੱਗੇ ਕਿੰਨੇ ਤੇਰੀ ਝੋਲੀ ਭਰੀ? ਕਹਿਣ ਲੱਗੀ ਤੇਰੇ ਘਰ ਵਿੱਚ ਆਏ ਹੋਏ ਪੁੱਤਰ ਦੀ ਪਹਿਲੀ ਮੁਸਕਰਾਹਟ ਨੇ ਮੇਰੀ ਜਨਮਾਂ ਜਨਮਾਂ ਦੀ ਭੁੱਖ ਖਤਮ ਕਰ ਦਿੱਤੀ, ਮੇਰੇ ਅੰਦਰ ਨੂੰ ਤ੍ਰਿਪਤ ਕਰ ਦਿੱਤਾ ਹੈ। ਪੁੱਛਿਆ ਕਿਵੇਂ? ਕਹਿਣ ਲੱਗੀ ਅੱਜ ਤੱਕ ਰੋਂਦਿਆਂ ਨੇ ਤਾਂ ਬੜਿਆਂ ਨੇ ਜਨਮ ਲਿਆ ਹੈ, ਪਰ ਅੱਜ ਪਹਿਲਾ ਦਿਨ ਹੈ ਜਿਹੜਾ ਸੰਸਾਰ ਤੇ ਆਇਆ ਤੇ ਜਨਮ ਸਾਰ ਮੁਸਕਰਾਇਆ ਹੈ। ਇਹਦਾ ਮਤਲਬ ਸੀ ਰੋਂਦੇ ਬੜੇ ਆਏ, ਰੋਂਦੇ ਬੜੇ ਗਏ, ਅੱਜ ਦੁਨੀਆਂ ਤੇ ਉਹ ਆ ਗਿਆ ਜਿਹੜੇ ਰੋਂਦਿਆਂ ਦੇ ਅੱਥਰੂ ਪੂੰਜ ਕੇ ਉਹਨਾਂ ਨੂੰ ਮੁਸਕਰਾਹਟ ਦੀ ਦਾਤ ਦੇ ਕੇ ਜਾਏ। ਸਾਹਿਬ ਕਹਿੰਦੇ ਨੇ ਇੱਕ ਗੱਲ ਸਮਝ ਲੈ, ਬੁਲਬਲਾ ਹੱਸਦਾ ਜਾਂਦਾ ਹੀ, ਪਰ ਉਹਨੂੰ ਪਤਾ ਮੈਂ ਸਮੁੰਦਰ ਵਿੱਚ ਪੈਦਾ ਹੋਇਆ, ਇਹਦੇ ਵਿੱਚ ਲੀਨ ਹੋਣਾ। ਸਾਹਿਬ ਕਹਿ ਰਹੇ ਨੇ ਜੈਸੇ ਗੱਲ ਤੇ ਬੁਦਬਦਾ ਉਪਜੈ ਦਿਲ ਸਹਿ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਮੇਰੇ ਮਿੱਤਰ ਧਿਆਨ ਨਾਲ ਸੁਣ ਲੈ, ਅਗਲਾ ਬਚਨ ਕੀਤਾ ਕਹਿੰਦੇ ਨੇ ਜਿਹੜੇ ਜਗਤ ਵਿੱਚ ਰਹਿ ਕੇ ਆਪਣੀ ਵੱਧ ਹੋਂਦ ਸਮਝਦੇ ਨੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਕਹਿੰਦੇ ਨੇ ਫਿਰ ਪ੍ਰਾਣੀ ਕਛੂ ਨਾ ਚੇਤਈ, ਪ੍ਰਾਣੀ ਦਾ ਅਰਥ ਪ੍ਰਾਣਾ ਦੇ ਆਸਰੇ ਚੱਲਣ ਵਾਲਾ, ਕਛੂ ਨਾ ਚੇਤਈ ਦਾ ਅਰਥ ਹੈ ਮੇਰੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਇਹ ਸ਼ਲੋਕ ਗੁਰੂ ਸਾਹਿਬ ਦੇ ਇਹਨਾਂ ਸ਼ਲੋਕਾਂ ਵਿੱਚ ਦੋ ਵਾਰੀ ਆਉਣਾ ਤੇ ਥੋੜਾ ਜਿਹਾ ਫਰਕ ਪੈਣਾ, ਧਿਆਨ ਰੱਖਣਾ ਇੱਕੋ ਜਿਹੇ ਸਾਰੇ ਭਾਵ ਅਰਥ ਇੱਕੋ ਹੀ ਨੇ। ਇਸੇ ਵੇਲੇ ਪ੍ਰਾਣੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਗ, ਤੇ ਅੱਗੇ ਜਾ ਕੇ ਸ਼ਲੋਕ ਆਉਣਾ ਪ੍ਰਾਣੀ ਰਾਮ ਨਾ ਚੇਤਈ ਮਨ ਮਾਇਆ ਕੈ ਅੰਗ। ਸਾਹਿਬ ਜੀ ਨੇ ਮਦ ਮਾਇਆ ਕੈ ਅੰਗ ਉੱਤੇ ਇਹ ਬਚਨ ਆਉਣੇ ਨੇ। ਗੁਰੂ ਤੇਗ ਬਹਾਦਰ ਜੀ ਕਿੰਨ ਉਹ ਪ੍ਰਾਣਾ ਦੇ ਆਸਰੇ ਤੁਰਨ ਵਾਲੇ, ਮਦ ਮਾਇਆ ਕੈ ਅੰਗ, ਮਦ ਦਰਸ ਦਾ ਨਸ਼ਾ, ਦੌਲਤ ਦੇ ਨਸ਼ੇ ਵਿੱਚ ਤੂੰ ਇੰਨਾ ਤੂੰ ਅੰਨਾ ਹੋ ਚੁੱਕਾ ਹੈ, ਕਦੀ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਚੇਤੇ ਨਹੀਂ ਕੀਤਾ। ਸਾਹਿਬ ਨੇ ਤੇ ਸ਼ਬਦ ਮਦ ਵਰਤੇ, ਵੈਸੇ ਮਦ ਦਾ ਅਖਰੀ ਅਰਥ ਹੁੰਦਾ ਸ਼ਰਾਬ, ਮਦ ਦਾ ਅਖਰੀ ਅਰਥ ਹੁੰਦਾ ਨਸ਼ਾ। ਸਾਹਿਬ ਕਹਿੰਦੇ ਨੇ ਮਾਇਆ ਵਿੱਚ ਇੰਨਾ ਤੂੰ ਨਸ਼ਾ ਹੀ ਹੋ ਗਿਆ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਤੂੰ ਉਹਨੂੰ ਕਦੀ ਯਾਦ ਹੀ ਨਹੀਂ ਕੀਤਾ। ਹਜ਼ੂਰ ਦੀ ਬਾਣੀ ਵਿੱਚ ਇੱਕ ਬਚਨ ਹੁੰਦਾ ਤੇ ਧਰਮ ਦੀ ਦੁਨੀਆਂ ਵਿੱਚ ਇਹ ਖਿਆਲ ਪ੍ਰਚਲਿਤ ਹੈ। ਆਮ ਤੌਰ ਤੇ ਅਸੀਂ ਲੋਕ ਉਦਾਹਰਣ ਵੀ ਦਿੰਦੇ ਹਾਂ ਕਬੀਰ ਸਾਹਿਬ ਦੀ ਕਿ ਭਗਤੀ ਕਰਨ ਵਾਲਾ ਨਾ ਮਾਇਆ ਦੇ ਨੱਕ ਤੇ ਕੰਨ ਨੂੰ ਵੱਢ ਦਿੰਦਾ। ਹਜ਼ੂਰ ਦੀ ਬਾਣੀ ਵਿੱਚ ਆਉਂਦਾ ਨਾ ਕਿ ਨਾਕੋ ਕਾਤੀ ਕਾਨੋ ਕਾਤੀ ਕਾਟ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰ ਤੀਨ ਲੋਕ ਕੀ ਪਿਆਰੀ। ਯਾਦ ਰੱਖਣਾ ਜੇ ਭਗਤ ਦੇ ਵੱਸ ਆ ਜਾਏ ਮਾਇਆ ਉਹ ਨੱਕ ਤੇ ਕੰਨ ਨੂੰ ਕੱਟ ਦਿੰਦਾ ਮਾਇਆ ਦੇ ਨੂੰ, ਤੇ ਇਹਦੇ ਵੀ ਕੋਈ ਅੰਤਰੀਵ ਅਰਥ ਨੇ। ਖੈਰ ਮੈਂ ਅੱਗੇ ਤੁਰਾਂ, ਕਹਿਣ ਲੱਗੇ ਉਹ ਨੱਕ ਤੇ ਕੰਨ ਕੱਟ ਦਿੰਦਾ ਤੇ ਕਹਿੰਦੇ ਨੇ ਜੇ ਕੋਈ ਮਾਇਆ ਦੇ ਕਾਬੂ ਆ ਜਾਏ ਕੱਟ ਕਰਦੀ ਇਹ ਵੀ ਘੱਟ ਨਹੀਂ ਗੁਜ਼ਾਰਦੀ, ਇਹ ਬੰਦੇ ਦੇ ਹੁੰਦਿਆਂ ਸੰਦਿਆਂ ਉਹਨੂੰ ਅੱਖਾਂ ਤੋਂ ਅੰਨਿਆਂ ਕਰ ਦਿੰਦੀ ਤੇ ਕੰਨਾਂ ਤੋਂ ਗੋਲੀਆਂ ਕਰ ਦਿੰਦੀ। ਸਤਿਗੁਰੂ ਕੀ ਬਾਣੀ ਵਿੱਚ ਬਚਨ ਹੁੰਦਾ ਹਜ਼ੂਰ ਦਾ। ਮਹਾਰਾਜ ਕਹਿੰਦੇ ਜਦੋਂ ਭਗਤ ਦੇ ਵੱਸ ਆਈ ਉਹਨੇ ਦਬਾ ਦਿੱਤਾ, ਤੇ ਜਦੋਂ ਇਹਨੇ ਕਿਸੇ ਨੂੰ ਵੱਸ ਕਰ ਲਿਆ, ਬੰਦੇ ਦੀਆਂ ਅੱਖਾਂ ਹੈ ਪਰ ਅੱਖਾਂ ਹੋਣ ਦੇ ਬਾਵਜੂਦ ਵੀ ਅੰਨਾ, ਕੰਨ ਹੈ ਪਰ ਕੰਨ ਹੋਣ ਦੇ ਬਾਵਜੂਦ ਵੀ ਸੁਣਦਾ ਨਹੀਂ ਪਿਆ, ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕੀਤਾ ਕਹਿਣ ਲੱਗੇ ਮਾਇਆ ਧਾਰੀ ਆਪ ਅੰਨਾ ਬੋਲਾ, ਉਹਨੇ ਇੰਨਾ ਤੋਂ ਅਸਰ ਕਰ ਦਿੱਤਾ ਅੱਖਾਂ ਤੋਂ ਅੰਨਿਆ ਕਰ ਦਿੱਤਾ ਤੇ ਕਹਿਣ ਲੱਗੇ ਕੰਨਾਂ ਤੋਂ ਬੋਲਾ ਕਰ ਦਿੱਤਾ। ਅੱਖਾਂ ਨਾਲ ਸਭ ਕੁਝ ਦੇਖਦਾ ਪਿਆ ਕਿ ਬਿਰਸ ਜਾਣਾ ਪਰ ਦੇਖਦਿਆਂ ਹੋਇਆ ਵੀ ਇਹਨੂੰ ਲੱਗਦੀ ਨਹੀਂ, ਕੰਨਾਂ ਨਾਲ ਰੋਜ਼ ਗੁਰੂ ਕੇ ਬਚਨ ਸੁਣਦਾ ਪਰ ਸੁਣ ਕੇ ਗਿਰਦੇ ਕਮਾਉਂਦਾ ਨਹੀਂ। ਸਾਹਿਬ ਕਹਿੰਦੇ ਨੇ ਮਾਇਆ ਧਾਰੀ ਆਪ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਘਟੋਲਾ, ਉਹ ਇਹਨਾਂ ਨੂੰ ਆਪਣੀ ਗੱਲ ਹੀ ਸੁਣਾਉਣ ਵਾਸਤੇ ਤਿਆਰ ਹੈ, ਦੂਜੇ ਦੀ ਗੱਲ ਸੁਣਨ ਨੂੰ ਤਿਆਰ ਹੀ। ਮਾਇਆ ਧਾਰੀ ਦਾ ਇੱਕ ਲੱਛਣ ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ। ਪਿਆਰਿਓ ਮਾਇਆ ਮਾੜੀ ਨਹੀਂ ਪਰ ਮਾਇਆ ਦਾ ਮਤ ਮਾੜਾ ਹੈ, ਨਸ਼ਾ ਮਾੜਾ ਹੈ। ਹਜ਼ੂਰ ਨੇ ਬਾਣੀ ਵਿੱਚ ਕਿਹਾ ਗੁਰੂ ਤੇਗ ਬਹਾਦਰ ਜੀ ਨੇ ਕਹਿਣ ਲੱਗੇ ਜੋਬਨ ਧਨ ਪ੍ਰਭਤਾ ਕੈ ਮਦ ਮੈਂ ਐਨ ਸਰਹ ਦੀਵਾਨਾ, ਬੰਦਾ ਜਵਾਨੀ ਦੇ ਨਸ਼ੇ ਵਿੱਚ ਵਡਿਆਈ ਦੇ ਨਸ਼ੇ ਵਿੱਚ ਤੇ ਦੌਲਤ ਦੇ ਨਸ਼ੇ ਵਿੱਚ ਚੂਰ ਰਹਿੰਦਾ, ਇੱਥੋਂ ਤੱਕ ਕਿ ਇੰਨਾ ਕੁ ਅੰਨਾ ਹੋ ਜਾਂਦਾ ਉਹ ਗੁਰੂ ਨੂੰ ਵੀ ਗੁਰੂ ਮੰਨਣ ਵਾਸਤੇ ਤਿਆਰ ਨਹੀਂ ਹੁੰਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਮਾਇਆ ਧਾਰੀ ਅੰਨਾ ਬੋਲਾ, ਸ਼ਬਦ ਨਾ ਸੁਣੀ ਬਰ ਰੋਲ ਝੋਲਾ,
ਸ਼ਾਇਦ ਕਹਿੰਦੇ ਨੇ ਆਪਣੀ ਸੁਣਾਉਣ ਦੀ ਕੋਸ਼ਿਸ਼ ਕਰਦਾ ਪਰ ਦੂਜੇ ਦੀ ਸੁਣਦਾ ਨੀ, ਇਹਨੂੰ ਕੀ ਦੁੱਖ ਹੈ, ਕੇਵਲ ਆਪਣੀ ਸੁਣਾਏਗਾ। ਕਦੀ ਤੱਕੋ ਐਮਨਾਬਾਦ ਦੀ ਧਰਤੀ ਤੇ ਇੱਕ ਮਾਇਆ ਧਾਰੀ ਏ, ਉਸ ਦੇ ਹਾਕਮ ਦਾ ਅੱਗੋ ਅਹਿਲਕਾਰ ਏ, ਕਰਦਾ ਉਹ ਬ੍ਰਹਮ ਭੋਜੇ, ਸਾਧੂ ਸੰਤ ਉਹਦੇ ਘਰ ਆ ਕੇ ਭੋਜਨ ਛਕਦੇ ਨੇ। ਪਰ ਉਹ ਇੱਕ ਗੱਲ ਕਹਿੰਦਾ ਹੈ, ਭੋਜਨ ਜਿਉ ਜਾਂ ਮਰਜ਼ੀ ਛਕੋ ਪਰ ਇੱਕ ਗੱਲ ਧਿਆਨ ਵਿੱਚ ਰੱਖਣਾ, ਗੱਲ ਤੁਹਾਨੂੰ ਮੇਰੀ ਸੁਣਨੀ ਪੈਗੀ, ਆਪਣੀ ਨੀ ਸੁਣਾਣੀ। ਪਰ ਅੱਜ ਮੇਰਾ ਬਾਬਾ ਵੀ ਪਹੁੰਚ ਗਿਆ, ਕਹਿਣ ਲੱਗੇ ਸੱਜਣਾ ਇੱਕ ਗੱਲ ਧਿਆਨ ਵਿੱਚ ਰੱਖੀ, ਅੱਜ ਤੱਕ ਤੂੰ ਕੇਵਲ ਆਪਣੀ ਸੁਣਾਉਂਦਾ ਆਇਆ ਤੇ ਯਾਦ ਰੱਖ, ਮੈਂ ਤੇਰਾ ਬ੍ਰਹਮ ਭੋਜਨੀ ਛਕਣ ਆਇਆ, ਮੈਂ ਕੇਵਲ ਤੇਰੇ ਬੋਲੇ ਕੰਨਾਂ ਵਿੱਚ ਆਪਣੀ ਗੱਲ ਸੁਣਾਉਣ ਆਇਆ, ਕਿਉਂਕਿ ਤੂੰ ਦੂਜੇ ਦੀ ਅੱਜ ਤੱਕ ਸੁਣੀ ਨਹੀਂ ਨਾ, ਮੈਂ ਤੈਨੂੰ ਸੁਣਾਉਣ ਆਇਆ। ਤੇ ਉਹਨੇ ਪਹਿਲੀ ਇੱਕ ਗੱਲ ਕੀ, ਕਹਿਣ ਲੱਗਾ ਬਾਬਾ ਜੀ ਇਹ ਭੋਜਨ ਛਕੋ। ਸਾਹਿਬ ਨੇ ਕਿਹਾ ਨਹੀਂ, ਕਹਿੰਦਾ ਇੱਕ ਪ੍ਰਸ਼ਾਦੇ ਨਾਲ ਕੀ ਵਿਗੜਦਾ। ਗੁਰਦੇਵ ਨੇ ਬੜੇ ਸੋਹਣੇ ਬਚਨ ਕਹਿਣ ਲੱਗੇ, ਭਾਗੋ ਵਿਗੜਦਾ ਕੁਝ ਨਹੀਂ, ਕਿੱਕਰ ਦੇ ਬੀਜ ਨੂੰ ਕਦੀ ਕੰਡੇ ਨਹੀਂ ਹੁੰਦੇ, ਹੱਥ ਦੀ ਤਲੀ ਤੇ ਭਾਵੀ ਮਲੀ ਜਾਓ ਬੀਜ ਵਿੱਚੋਂ ਕਦੀ ਨੀ ਕੰਡੇ ਨਿਕਲ ਕੇ ਖੁੱਬਦੇ। ਕਹਿਣ ਲੱਗੇ ਕੰਡਿਆਂ ਦਾ ਜਨਮ ਉਦੋਂ ਹੀ ਹੁੰਦਾ ਜਦੋਂ ਕਿੱਕਰ ਦੇ ਬੀਜ ਨੂੰ ਧਰਤੀ ਵਿੱਚ ਬੀਜ ਦਿੱਤਾ ਜਾ। ਇਹ ਤੇਰੇ ਸਵਾਦਿਸ਼ਟ ਭੋਜਨ ਮਾੜੇ ਨਹੀਂ, ਜੀਵ ਲਈ ਸਵਾਦੀ ਨੇ, ਪਰ ਪਿਆਰੇ ਜਦੋਂ ਤੂੰ ਗੁਰੂ ਗੁਰੂ ਜਪਦਾ ਹੀ ਨਾ, ਫਿਰ ਉਦੋਂ ਤੇਰੇ ਵਰਗਿਆਂ ਦਾ ਭੋਜਨ ਕੰਡਿਆਂ ਦੀ ਤਰ੍ਹਾਂ ਚੁਭਦਾ। ਸਾਹਿਬ ਨੇ ਨਿਰਉਤਰ ਕਰ ਦਿੱਤਾ, ਫਿਰ ਉਹਨੂੰ ਸੁਣਾ ਦਿੱਤਾ ਕਿ ਇਹ ਮਾਇਆ ਧਾਰੀ ਅੱਜ ਤੱਕ ਤੂੰ ਕੇਵਲ ਲੋਕਾਂ ਨੂੰ ਸੁਣਾਇਆ ਹੈ, ਅੱਜ ਮੇਰੀ ਵੀ ਗੱਲ ਸੁਣ ਲੈ। ਤੇ ਉਹਨੇ ਪੁੱਛਿਆ ਫਿਰ ਮਹਾਰਾਜ ਕੀ ਸੁਣਾ, ਉੱਥੇ ਹਜ਼ੂਰ ਨੇ ਕਿਹਾ ਸੀ, ਸੱਜਣਾ ਜੇ ਰੱਤ ਲੱਗਾ ਤੱਪੜਾ ਜਾਣਾ ਹੋਏ ਪਲੀਤ, ਜੋ ਰੱਤ ਪੀਵੈ ਮਾਨਸ ਤਿੰਨ ਕਿਉਂ ਨਿਰਮਲ ਚੀਤ। ਪਰ ਸਾਹਿਬ ਕਹਿੰਦੇ ਸੁਣਦਾ ਨਹੀਂ। ਇੱਕ ਵਿਦਵਾਨ ਨੇ ਨਾ ਬੜਾ ਪਿਆਰਾ ਬਚਨ ਕੀਤਾ, ਭਾਵੇਂ ਉਹਨੇ ਗਾਥਾ ਵਿਅੰਗ ਨਹੀਂ ਦਿੱਤੀ, ਹੈ ਵਿਅੰਗ ਵਾਲੀ, ਪਰ ਗੱਲ ਉਹ ਸਪਸ਼ਟ ਇਹ ਕਰਦਾ ਪਿਆ ਕਿ ਜਿਹੜਾ ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਾ, ਧਿਆਨ ਰੱਖਣਾ ਉਹ ਦੂਜੇ ਦੀ ਨਹੀਂ ਜੇ ਸੁਣਦਾ, ਕੇਵਲ ਆਪਣੀ ਸੁਣਾਉਂਦਾ। ਸਾਡੇ ਸਮਾਜ ਵਿੱਚ ਤੱਕੀਏ ਜਾਂ ਕਿਤੇ ਰਾਜ ਪਦਵੀ ਵੱਲ ਤੱਕੋ, ਖੈਰ ਮੈਂ ਉਧਰ ਨਾ ਤੁਰਾਂ, ਬਾਣੀ ਵਲਾਵਾਂ ਕਿ ਹਰ ਇੱਕ ਮਾਇਆ ਧਾਰੀ ਦਾ ਮਤਲਬ ਹੀ ਇਹ ਜਿਹਦੇ ਅੰਦਰ ਪਕੜੇ। ਸਾਹਿਬ ਕਹਿੰਦੇ ਉਹ ਆਪਣੀ ਸੁਣਾਉਂਦਾ, ਦੂਜੇ ਦੀ ਸੁਣਦਾ ਨਹੀਂ। ਇੱਕ ਵਿਦਵਾਨ ਹੋਇਆ ਰੁਗਨੀ, ਉਹਨੇ ਬੜੀ ਸੋਹਣੀ ਇੱਕ ਗਾਥਾ ਦਿੱਤੀ, ਗੱਲ ਉਹਨੇ ਵਿਅੰਗ ਨਹੀਂ ਕਹੀ ਪਰ ਕਮਾਲ ਕਰ ਦਿੱਤੀ ਸਮਝਾਉਣ ਵਾਲੇ। ਕਹਿੰਦਾ ਇੱਕ ਵਾਰੀ ਕੋਈ ਮਨੁੱਖ ਬੋਲਾ ਸੀ ਤੇ ਉਹਨਾਂ ਆਪਣਾ ਮਿੱਤਰ ਉਹਦਾ ਬਿਮਾਰ ਸੀ ਤੇ ਉਹਦਾ ਪਤਾ ਪੁੱਛਣ ਗਿਆ। ਹੁਣ ਹੈ ਬੋਲਾ, ਉਹਨੇ ਪਹਿਲਾਂ ਤਿੰਨ ਸਵਾਲ ਤਿਆਰ ਕਰ ਲਏ ਵੀ ਜਦੋਂ ਮੈਂ ਉਹਦੀ ਮੰਜੀ ਕੋਲ ਜਾਵਾਂਗਾ ਨਾ ਤੇ ਤਿੰਨ ਸਵਾਲ ਮੈਂ ਕਰਨੇ ਨੇ ਤੇ ਪਹਿਲਾ ਸਵਾਲ ਮੈਂ ਉਹਦੇ ਤੋਂ ਪੁੱਛਾਂਗਾ, ਮਿੱਤਰਾ ਕੀ ਹਾਲ ਹੈ। ਕਹਿੰਦਾ ਮੈਨੂੰ ਸੁਣਾਈ ਤੇ ਦੇਣਾ ਨੀ, ਚਲੋ ਜੋ ਮਰਜ਼ੀ ਕਹੇਗਾ ਚੰਗਾ ਕਹੇਗਾ, ਮੈਂ ਇੱਕੋ ਗੱਲ ਕਹਿ ਦਾਂਗਾ, ਰੱਬ ਦਾ ਸ਼ੁਕਰ। ਤਿੰਨ ਸਵਾਲ ਤਿਆਰ ਕੀਤੇ ਉਸ ਗੋਲੇ ਨੇ ਕਿ ਪਹਿਲੀ ਗੱਲ ਮੈਂ ਪੁੱਛਾਂਗਾ ਤੇਰਾ ਹਾਲ ਕੀ ਏ, ਉਹ ਦੱਸੇਗਾ ਮੈਂ ਚੰਗਾ ਨਾ ਕਹਾਂਗਾ ਵੀ ਰੱਬ ਦਾ ਸ਼ੁਕਰ। ਕਹਿੰਦਾ ਦੂਜਾ ਸਵਾਲ ਮੈਂ ਨਾਲ ਹੀ ਕਰਾਂਗਾ ਪਿਆਰਿਆ, ਕਿਹੜਾ ਵੈਦ ਹਕੀਮ ਏ ਜਿਹਦੇ ਤੋਂ ਦਵਾਈ ਲੈਣਾ। ਕਹਿੰਦਾ ਉਹ ਦੱਸੇਗਾ ਮੈਂ ਕਹਿ ਦਾਂਗਾ, ਬਸ ਕਮਾਲ ਹੀ ਹੋ ਗਈ, ਇਹਦੇ ਵਰਗਾ ਕੋਈ ਹੈ ਹੀ ਨਹੀਂ। ਤੇ ਤੀਜਾ ਸਵਾਲ ਕਰਾਂਗਾ ਦਵਾਈ ਕਿਹੜੀ ਖਾਣਾ ਪੈਂਦੀ, ਜਦੋਂ ਦਵਾਈ ਦਾ ਨਾਂ ਲਏਗਾ ਮੈਂ ਕਹਾਂਗਾ ਬਸ ਇਹਦੇ ਵਰਗੀ ਦਵਾਈ ਤਾਂ ਦੁਨੀਆਂ ਤੇ ਮਿਲਦੀ ਨਹੀਂ। ਉਹ ਕਹਿੰਦੇ ਨੇ ਗਿਆ ਹੈ ਸੀ ਬੋਲਾ, ਕੇਵਲ ਸੁਣਾਉਣਾ ਜਾਣਦਾ ਸੀ, ਸੁਣਨਾ ਆਉਂਦਾ ਹੀ ਨਹੀਂ ਸੀ। ਰੂਮੀ ਲਿਖਦਾ ਜਾਂਦਿਆਂ ਸਰ ਪੁੱਛਦਾ ਮਰੀਜ਼ ਨੂੰ ਕੀ ਹਾਲ ਹੈ, ਉਹ ਬੜਾ ਥੱਕਿਆ ਪਿਆ ਸੀ ਵਿਚਾਰਾ, ਦੁਖੀ ਹੋ ਗਿਆ ਸੀ ਰੋਗ ਤੋਂ। ਕਹਿਣ ਲੱਗਾ ਕੀ ਹਾਲ ਹੈ, ਉਹ ਨਿੱਕੋ ਗਲਤੀ ਮਰ ਗਏ, ਇਹ ਤਾਂ ਸਮਝਿਆ ਨਾ ਉਹਨੇ ਮੈਨੂੰ ਕਿਹਾ। ਕਹਿੰਦਾ ਰੱਬ ਦਾ ਸ਼ੁਕਰ, ਕਿਉਂਕਿ ਬੋਲਾ ਨਾ ਸੁਣ ਨਹੀਂ ਸਕਦਾ, ਪਹਿਲਾ ਸਵਾਲ ਕਰਦਾ ਹਾਲ ਕਿ, ਉਹ ਕਹਿੰਦਾ ਮਰ ਗਿਆ, ਕਹਿੰਦਾ ਰੱਬ ਦਾ ਸ਼ੁਕਰ ਏ। ਦੂਜਾ ਸਵਾਲ ਕਰਦਾ ਵੈਦ ਕੌਣ ਨੀ, ਉਹ ਕਿਹਾ ਪਿਆ ਸੀ ਪਹਿਲੇ ਦੁਖੀ ਸੀ। ਕਹਿਣ ਲੱਗਾ ਜਮਦੂਤ, ਕਹਿੰਦਾ ਇਹੋ ਜਿਹਾ ਵੈਦ ਰੱਬ ਹਰ ਇੱਕ ਨੂੰ ਬਖਸ਼ੇ, ਕਿਉਂਕਿ ਉਹ ਕੇਵਲ ਸੁਣਾਣੀ ਜਾਣਦਾ। ਤੀਜਾ ਉਹਨੇ ਸਵਾਲ ਕੀਤਾ ਦਵਾਈ ਕਿਹੜੀ ਖਾਣਾ ਹੈ, ਤੇ ਰੂਮੀ ਲਿਖਦਾ ਉਹ ਕਿਹਾ ਪਿਆ ਸੀ, ਕਹਿੰਦਾ ਦਵਾਈ ਕਦੀ ਖਾਣੀ ਹੈ, ਜ਼ਹਿਰ ਪੀਣ ਲੱਗਾ। ਕਹਿੰਦਾ ਸੱਜਣਾ ਇਹ ਦਵਾਈ ਖਾਣ ਵਾਲੇ ਛੇਤੀ ਤੰਦਰੁਸਤ ਹੋ ਜਾਂਦੇ। ਉਹਨੇ ਕਿਹਾ ਵੀ ਬੋਲਾ ਕੇਵਲ ਸੁਣਾ ਰਿਹਾ, ਸੁਣਦਾ ਨਹੀਂ, ਤੇ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਜਿਹੜਾ ਮਾਇਆ ਧਾਰੀ ਬੋਲਾ ਉਹ ਵੀ ਗੁਰੂ ਦੀ ਗੱਲ ਨਹੀਂ ਸੁਣਦਾ, ਗੁਰੂ ਨੂੰ ਆਪਣੀ ਸੁਣਾਉਣੀ ਚਾਹੁੰਦਾ। ਇਹੀ ਕਾਰਨ ਅਸੀਂ ਕਹਿੰਦੇ ਹਾਂ ਅੰਮ੍ਰਿਤ ਦੀ ਕੀ ਲੋੜ ਹੈ, ਦਾ ਮਤਲਬ ਗੁਰੂ ਦੀ ਨਹੀਂ ਸੁਣਨੀ ਚਾਹੁੰਦੇ, ਆਪਣੀ ਸੁਣਾਉਣੀ ਚਾਹੁੰਦੇ ਹਾਂ। ਅਸੀਂ ਪੁੱਛਾਂਗੇ ਨਿਤਨੇਮ ਦਾ ਕੀ ਲਾਭ ਹੈ, ਥੱਲੇ ਬੈਠ ਕੇ ਲੰਗਰ ਛਕਣ ਦਾ ਕੀ ਮਹੱਤਵ ਹੈ, ਕੀ ਲੋੜ ਪੈਗੀ ਇਸ ਤਰ੍ਹਾਂ। ਇਹਦਾ ਮਤਲਬ ਉਹ ਮਨਾ ਤੂੰ ਕੇਵਲ ਆਪਣੀ ਸੁਣਾਉਣ, ਉਹਨੇ ਗੁਰੂ ਦੀ ਗੱਲ ਸੁਣਦੇ ਹੀ ਨਹੀਂ। ਹਜ਼ੂਰ ਨੂੰ ਫਿਰ ਪੁੱਛਿਆ ਕਬੀਰ ਸਾਹਿਬ ਨੂੰ ਕਿ ਜਿਹੜਾ ਬੰਦਾ
ਅੰਨਾ ਹੋ ਚੁੱਕਾ ਮਾਇਆ ਦੇ ਨਸ਼ੇ ਵਿੱਚ, ਉਹਦੇ ਉੱਤੇ ਕੋਈ ਅਸਰ ਹੈ ਬਾਣੀ ਦਾ? ਤੇ ਕਬੀਰ ਸਾਹਿਬ ਨੇ ਬੜੇ ਕਮਾਲ ਦੀ ਗੱਲ ਕਹੀ। ਹੁਣ ਕਈ ਵਾਰੀ ਅਸੀਂ ਸਵਾਲ ਕਰਨੇ ਆ ਨਾ ਜੀ, ਬਾਣੀ ਇੰਨੇ ਲੋਕ ਪੜ੍ਹਦੇ ਨੇ, ਅਖੰਡ ਪਾਠ ਚੱਲਦੇ ਨੇ, ਅਸਰ ਕਿਉਂ ਨੀ? ਤੇ ਭਗਤ ਸਾਹਿਬ ਨੇ ਇੱਕੋ ਸਲੋਕ ਵਿੱਚ ਉੱਤਰ ਦੇ ਦਿੱਤਾ। ਕਹਿੰਦੇ ਨੇ ਬਾਂਸ ਦੀ ਪੋਰੀ ਦੀ ਬੰਸਰੀ ਬਣਦੀ ਹੈ, ਤੇ ਬੰਦਾ ਆਪਣੇ ਲਬਾਂ ਨਾਲ ਲਾ ਕੇ, ਬੁੱਲਾਂ ਨਾਲ ਲਾ ਕੇ ਫੂਕ ਮਾਰਦਾ। ਤੇ ਕਹਿੰਦੇ ਨੇ ਭਾਵੇਂ 100 ਸਾਲ ਤੱਕ ਉਸ ਬਾਂਸ ਵਿੱਚ ਫੂਕਾਂ ਮਾਰਦੇ ਰਹੋ ਤੇ ਫੂਕ ਮਾਰ ਕੇ ਦੇਖੋ, ਬਾਂਸ ਵਿੱਚ ਕਦੀ ਵੀ ਫੂਕ ਨਹੀਂ ਟਿਕਦੀ। ਇੱਕ ਪਾਸੋਂ ਫੂਕ ਮਾਰੀ, ਦੂਜੇ ਪਾਸੇ ਨਿਕਲ ਗਈ, ਜਿਵੇਂ ਬਾਂਸ ਦੀ ਪੋੜੀ ਵਿੱਚ ਕਦੀ ਹਵਾ ਨਹੀਂ ਟਿਕਦੀ। ਤੇ ਸੱਜਣਾ, ਜਿਹੜਾ ਬੰਦਾ ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਾ ਹੈ ਨਾ, ਉਹਦੇ ਅੰਦਰ ਛੇਤੀ ਕੀਤਿਆਂ ਗੁਰੂ ਦੀ ਗੱਲ ਵੀ ਨਹੀਂ ਉੱਠਦੀ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਕੀ ਕਰੇਗਾ ਸੱਚਾ ਗੁਰੂ ਉੱਥੇ, ਜੋ ਸਿੱਖਾਂ ਮੈਂ ਚੂਕ, ਤੇ ਜੇ ਕਮਾਣ ਵਾਲੀ ਅੱਗੋਂ ਗੁਰੂ ਨੂੰ ਸੁਣਾਉਣ ਆ ਜਾਣ। ਤੇ ਸਾਹਿਬ ਕਹਿੰਦੇ ਨੇ ਖੰਭੇ ਏਕ ਨਾ ਲਾ ਗਈ, ਜੋ ਬਾਂਸ ਵਜਾਈਏ ਫੂਕ, ਜੇ ਹੁਣ ਬਾਂਸ ਵਿੱਚ ਫੂਕ ਮਾਰੀ ਜਾਂ ਉਹਦਾ ਕੋਈ ਅਸਰ ਹੈ? ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਪ੍ਰਾਣੀ ਕਛੂ ਨਾ ਚੇਤੇ ਮਤ ਮਾਇਆ ਕੈ ਅੰਧ। ਖੇ ਪ੍ਰਾਣੀ, ਤੂੰ ਮਾਇਆ ਦੇ ਨਸ਼ੇ ਵਿੱਚ ਗੁਲਤਾਨ ਹੈ, ਕਦੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਚੇਤੇ ਕੀਤਾ? ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਾਂਦਾ ਜਿਹੜਾ ਇਸ ਦੌਲਤ ਨੂੰ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਸ਼ੇ ਵਿੱਚ ਖਟਕ ਨਹੀਂ ਹੁੰਦਾ? ਤੁਲਸੀ ਨੇ ਇੱਕ ਗੱਲ ਕਹੀ, ਉਹ ਕਹਿੰਦਾ ਵਾਹਿਗੁਰੂ ਐਸੋ ਕੋ ਜਨਮਿਓ ਜਗ ਮਾਹੀ, ਕੋਈ ਜੰਮਦਾ ਦੁਨੀਆਂ ਵਿੱਚ ਪ੍ਰਭਤਾ ਪਾਏ ਜਾਤ ਮਦ ਨਾਹੀ, ਜਿਹੜਾ ਪ੍ਰਭਤਾ ਲੈ ਕੇ ਕਦੀ ਹੰਕਾਰੀ ਨਹੀਂ ਹੁੰਦਾ। ਮੇਰੇ ਗੁਰੂ ਗ੍ਰੰਥ ਸਾਹਿਬ ਇਹੀ ਕਾਰਨ ਜਦੋਂ ਹੱਥਾਂ ਦੀ ਸੇਵਾ ਬਖਸ਼ਦੇ ਨੇ ਨਾ, ਇਹਦਾ ਮਤਲਬ ਹੀ ਇਹ ਵੇ ਕਿ ਸੱਜਣਾ ਤੇਰੀ ਮਾਇਆ ਤੇਰਾ ਘਰ ਤਾਂ ਸਫਲ ਹੋਵੇਗਾ ਜੇ ਤੂੰ ਸਤਿਗੁਰੂ ਦੇ ਚਰਨਾਂ ਵਿੱਚ ਆਪਣੇ ਤਨ ਮਨ ਧਨ ਨੂੰ ਸਮਰਪਿਤ ਕਰਦੇ ਨੇ। ਪਰ ਸਾਹਿਬ ਕਹਿੰਦੇ ਨੇ ਜਿਹੜਾ ਮਾਇਆ ਦੇ ਨਸ਼ੇ ਵਿੱਚ ਅੰਨਾ ਹੈ, ਪਰ ਦੇਖ ਮਾਇਆ ਵੀ ਉਹਦੇ ਵਾਸਤੇ ਦੁਖਦਾਈ ਬਣ ਗਈ। ਭਾਈ ਸਾਹਿਬ, ਭਾਈ ਵੀਰ ਸਿੰਘ ਹੋਰਾਂ ਦੀ ਇੱਕ ਰੁਬਾਈ ਬੜੀ ਸੋਹਣੀ। ਸਵਾਲ ਉੱਠਦਾ ਹੈ ਕਿ ਅਕਾਲ ਪੁਰਖ ਦੀ ਦਿੱਤੀ ਹੋਈ ਦਾਤ ਤੇ ਮਾਇਆ ਕਦੋਂ ਦੁਖਦਾਈ ਬਣਦੀ ਹੈ? ਭਾਈ ਸਾਹਿਬ ਨੇ ਬੜੇ ਸੋਹਣੇ ਬਚਨ ਕਹੇ, ਕਹਿੰਦੇ ਨੇ ਕਦੀ ਅੰਗੂਰਾਂ ਦੀਆਂ ਬੇਲਾਂ ਕੱਟੀਆਂ ਨੀ? ਦੇਖ ਉਹਨਾਂ ਅੰਗੂਰਾਂ ਦੀਆਂ ਬੇਲਾਂ ਨੂੰ ਰੱਬ ਨੇ ਮਿੱਠੇ ਅੰਗੂਰ ਲਾਏ ਨੇ, ਤੇਰੇ ਤਨ ਵਾਸਤੇ ਤੈਨੂੰ ਖੁਰਾਕ ਦਿੰਦੇ ਨੇ, ਤੇਰੇ ਜਿਸਮ ਲਈ ਲਾਭਕਾਰੀ ਨੇ। ਵਾਹਿਗੁਰੂ ਨੇ ਦਾਖਾਂ ਬਣਾਈਆਂ ਨੇ, ਤੇਰੇ ਤਨ ਨੂੰ ਤੰਦਰੁਸਤੀ ਦਿੰਦੀਆਂ ਨੇ। ਕਹਿੰਦੇ ਨੇ ਰੱਬ ਨੇ ਤਾਂ ਉਹਨਾਂ ਵਿੱਚ ਰਸ ਭਰਿਆ ਕਿ ਬੰਦਿਆ ਤੂੰ ਖਾ ਕੇ ਤੇਰੇ ਤਨ ਵਿੱਚ ਕੋਈ ਤਾਕਤ ਆਵੇ, ਤੂੰ ਗੁਰੂ ਗੁਰੂ ਜਪ ਸਕੇ। ਤੇ ਜੇ ਹੁਣ ਉਸ ਵੇਲਾ ਨਾਲ ਉਹ ਅੰਗੂਰ ਤੋੜੇ ਤੇ ਪਰਤ ਕੇ ਮੱਤ ਵਿੱਚ ਪਾ ਕੇ ਉਹਨਾਂ ਨੂੰ ਤਰਕਾ ਦੇ, ਪਹਿਲਾਂ ਕੱਚੀ ਸ਼ਰਾਬ ਬਣਾਏ ਤੇ ਪਰਤ ਕੇ ਉਹਨਾਂ ਅੰਗੂਰਾਂ ਦੇ ਰਸ ਦੀ ਸ਼ਰਾਬ ਕੱਢ ਕੇ ਪੀ ਕੇ ਤੇਰੀ ਮੱਤ ਮਾਰੀ ਜਾਏ, ਇਹਦੇ ਵਿੱਚ ਰੱਬ ਦਾ ਕੀ ਦੋਸ਼ ਏ? ਉਹਨੇ ਤਾਂ ਅੰਗੂਰ ਦਿੱਤੇ ਸਨ, ਪਰ ਵਰਤੋਂ ਕਰਨ ਦੀ ਤਾਂ ਜਾਂਚ ਤੈਨੂੰ ਆਉਣੀ ਚਾਹੀਦੀ ਸੀ ਨਾ। ਭਾਈ ਸਾਹਿਬ ਨੇ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ ਦਾਖਾਂ ਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ। ਵਾਹਿਗੁਰੂ ਨੇ ਅੰਗੂਰ ਤੇ ਦਾਖਾਂ ਆਪ ਬਣਾਈਆਂ ਨੇ, ਦਾਖਾਂ ਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ। ਕਹਿਣ ਲੱਗੇ ਮਿੱਠੇ ਰਤਨ ਭਰ ਭਰ ਕੇ ਵੇਲਾ ਗੱਲ ਲਟਕਾਏ, ਤੂੰ ਉਹ ਤੋੜ ਮੱਤ ਵਿੱਚ ਪਾਏ ਰੱਖ ਰੱਖ ਕੇ ਤਰਕਾਏ, ਦੁੱਖ ਦੇਵੇ ਦਾਰੂ ਉਸ ਵਿੱਚੋਂ ਪੀ ਕੇ ਜਦੋਂ ਤੈਨੂੰ ਦਾਰੂ ਨੇ ਦਿੱਤਾ ਦੁੱਖ। ਕਹਿਣ ਲੱਗੇ ਦੁੱਖ ਦੇਵੇ ਦਾਰੂ ਉਸ ਵਿੱਚੋਂ, ਪਰ ਕਿਸੇ ਦਾ ਕਸੂਰ ਨਹੀਂ, ਤੂੰ ਹੁਣ ਆਪ ਚਵਾਏ, ਤੂੰ ਆਪ ਤਾਂ ਉਹਨਾਂ ਵਿੱਚੋਂ ਉਸ ਰਸ ਨੂੰ ਤਰਕਾ ਤਰਕਾ ਕੇ ਦਾਰੂ ਕਿਆ ਬਣਾ। ਸ਼ਾਇਦ ਕਹਿੰਦੇ ਨੇ ਮਾਇਆ ਕੁਜਰਾਂ ਨੇ, ਵਾਹਿਗੁਰੂ ਦੇ ਘਰ ਤੱਕ ਤੇਰੇ ਲਈ ਸਹਾਇਕ ਹੋ ਸਕਦੀ ਏ, ਪਰ ਕਿੰਨਾ ਉਹ ਚੰਗਾ ਬੰਦਾ ਹੋਵੇ ਜਿਹੜਾ ਮਾਇਆ ਨੂੰ ਪੈਰਾਂ ਦੀ ਇੱਕ ਸਵਾਰੀ ਬਣਾਏ, ਤੇ ਜਿਹਦੇ ਸਿਰ ਦਾ ਭਾਰ ਬਣ ਜਾ ਪਿਆਰੇ, ਉਹ ਮੰਜ਼ਿਲ ਤੇ ਪਹੁੰਚੇਗਾ ਕਿਉਂ? ਸ਼ਾਇਦ ਕਹਿੰਦੇ ਨੇ ਪ੍ਰਾਣੀ ਕਛੂ ਨਾ ਚੇਤਈ ਮਤ ਮਾਇਆ ਕੈ ਅੰਧ, ਮਾਇਆ ਦੇ ਨਸ਼ੇ ਵਿੱਚ ਮਸਤ ਹੋਇਆ ਬੰਦਾ ਕਦੀ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਸਾਹਿਬ ਜੀ ਕਹਿੰਦੇ ਨੇ ਫਿਰ ਹੁੰਦਾ ਕੀ ਏ ਕਿ ਉਹਦੇ ਨਾਲ ਅਖੀਰਲੇ ਸਮੇਂ ਤੇ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੀਂ ਜਮ ਫੰਦ, ਉਹਦੇ ਗਲੇ ਵਿੱਚ ਜਮਾਂ ਦੀ ਫਾਹੀ ਪਾਈ ਜਾਂਦੀ। ਸਤਿਗੁਰੂ ਨੇ ਕਿਰਪਾ ਕਰਕੇ ਸਿੱਖ ਨੂੰ ਇਹ ਤੱਕ ਜੁਗਤ ਦਿੱਤੀ ਏ। ਸਾਹਿਬ ਕਹਿੰਦੇ ਨੇ ਜਦੋਂ ਅਸੀਂ ਪੜ੍ਹਨੇ ਹਾਂ, ਸ਼ਾਇਦ ਮੈਂ ਇੱਥੇ ਪ੍ਰਮਾਣ ਤੋਂ ਦਿੱਤਾ ਹੋਵੇ, ਸਾਹਿਬ ਜੀ ਕਹਿੰਦੇ ਤਿਨਕਾ ਖਾਧਾ ਪੈਦਾ ਮਾਇਆ ਸਤ ਵਿੱਚ ਹੈ, ਜੋ ਨਾਮ ਹਰ ਰਾਤੇ ਤਿਨਕੇ ਘਰ ਮੰਦਰ ਮਹਿਲ ਸਰਾਈ ਸਤ ਵਿੱਚ ਹੈ, ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਗੁਰੂ ਬਖਸ਼ਿਸ਼ ਕਰੇ। ਪਿਆਰਿਓ, ਇਹਦੇ ਨਸ਼ੇ ਵਿੱਚ ਮਸਤ ਨਾ ਹੋਈਏ, ਸਤਿਗੁਰੂ ਬਖਸ਼ਿਸ਼ ਕਰੇ, ਆਪਾਂ ਨਾਮ ਬਾਣੀ ਸਿਮਰਨ ਨਾਲ ਜੁੜੀਏ,
जितना गुरु के शब्द में जुड़ांगे ना अपने अंदरों गुरु कृपा कर दे उन्नी दाता की बख्शिश करके अपनी चरण चरण बख्श देने ते जिदन एदा मद आ गया प्यारिया उस दिन गुरु दे नाल तेरी बननी नहीं क्योंकि गुरु नाल तां बनदा ही होवे जिहड़ा निमाणा ते निताणा बन जांदा है। बड़े प्यारे बचन गुरु अंगद साहब दे जीवन विच मिलदे ने। हजूर खडूर सिंह एक जिमीदार नूं मिर्गी दा रूप सी ते याद रखना गुरु अंगद साहब की नजर विच इन्नी समर्था सी। असीं आम तौर ते हुक्मनामे वक्त जदों आ पढ़ने ना सो कहो तल गुर सेवी है एन सहज सुभाए दर्शन परसे है गुरु कै जन्म मरण दुख जाए। ए गुरु अंगद साहब की उस विच सब तो अखीरला सोई है। ध्यान रखना गुरु अंगद साहब जदों भरे चरणा विच आया नाम ओहदा सी मलूका पिंड दा चौधरी नूं मिर्गी दा रोग है गरीब आया महाराज मैनूं मिर्गी दा दौरा पैंदा है। साहब ने कहा खाना की है कहना मैं दारू पीना साहब कहने तेनूं छड़ दे ते मिर्गी तेनूं छड़ देगी। बाकी रब की कृपा हुई मिर्गी छड़ गई हुण परत के आई दौलत दौलत ने कहा सजना सवाद तां है जे उच्चा चबारा होवे घर विच नौकर।